ਗੁੱਡ ਈਵਨਿੰਗ एवरीवनਬਾਡੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਜਲਦੀ ਤੋਂ ਜਲਦੀ ਸੈਸ਼ਨ ਨੂੰ ਸ਼ੇਅਰ ਕਰੋ ਫਿਰ ਆਪਾਂ ਸਟਾਰਟ ਕਰ ਦਈਏ ਸੈਸ਼ਨ ਅੱਜ ਸਾਡਾ ਦੂਸਰਾ ਲਾਈਵ ਸੈਸ਼ਨ ਹੈ ਹੈ ਨਾ ਗੁੱਡ ਈਵਨਿੰਗ ਸਤਾ ਜੀ ਆਪਾਂ 2-4 ਮਿੰਟ ਲਈ ਵੇਟ ਕਰ ਲੈਂਦੇ ਆ ਠੀਕ ਹੈ ਤਾਂ ਕਿ ਬਾਕੀ ਸਟੂਡੈਂਟਸ ਵੀ ਜੁਆਇਨ ਹੋ ਜਾਣ ਐਂਡ ਵਿਦਨ 2 ਔਰ uh, uh, 3 ਮਿੰਟਸ ਆਪਾਂ ਸੈਸ਼ਨ ਨੂੰ ਸਟਾਰਟ ਕਰ ਦੇਣਾ ਔਰ ਪਲੀਜ਼ ਤੁਸੀਂ ਕਨਫਰਮ ਕਰ ਦਿਓ ਕਿ ਤੁਹਾਨੂੰ ਸਾਊਂਡ ਐਂਡ ਸਕਰੀਨ ਦੋਨੋਂ ਚੀਜ਼ਾਂ ਕਲੀਅਰ ਹੈਗੀਆਂ ਅਗਰ ਕਲੀਅਰ ਹੈ ਤਾਂ ਫਿਰ ਸਟਾਰਟ ਕਰਦੇ ਹਾਂ ਸੈਸ਼ਨ ਰਾਈਟ ਹਾਂਜੀ ਦੋਨੋਂ ਹੀ ਚੀਜ਼ਾਂ ਬਾਰੇ ਪਹਿਲਾਂ ਕਨਫਰਮ ਕਰ ਦੇਣਾ ਔਰ ਇਹ ਵਾਲੇ ਚੈਨਲ ਦੇ ਉੱਪਰ ਅਸੀਂ ਕਰ ਕੀ ਰਹੇ ਹਾਂ ਜੀ ਆਧੁਨਿਕ ਕਾਵ ਨੂੰ ਡਿਸਕਸ ਕਰ ਰਹੇ ਹਾਂ ਠੀਕ ਹੈ ਐ ਦੇ ਵਿੱਚ ਯੂਜੀਸੀ ਦੇ ਲਈ ਵੀ ਇੰਪੋਰਟੈਂਟ ਰੈਨਗੇ ਐਂਡ ਨਾਲ ਦੇ ਨਾਲ ਇੰਪੋਰਟੈਂਟ ਟ੍ਰੈਂਡ ਦੇ ਮਾਸਟਰ ਕੇਡਰ ਦੇ ਲਈ ਔਰ ਮਾਸਟਰ ਕੇਡਰ ਦਾ ਐਗਜ਼ਾਮ ਵੈਸੇ ਵੀ ਤੁਹਾਡਾ ਆਈ ਥਿੰਕ ਫੈਬਰੂਰੀ ਦੇ ਵਿੱਚ ਹੋ ਜਾਣਿਆ ਇਲੈਕਸ਼ਨਸ ਐਂਡ ਉਸ ਤੋਂ ਬਾਅਦ ਤੁਹਾਡਾ 100% ਐਗਜ਼ਾਮ ਹੋ ਜਾਣਾ ਹੈ ਰਾਈਟ ਤਾਂ बस ਫਿਰ ਉਹਦੀ ਤਿਆਰੀ ਕਰ ਲੋ ਔਰ ਇਸ ਵਾਰੀ ਹਾਰ ਨਹੀਂ ਮੰਨਣੀ ਓਕੇ ਮੈਂ ਕੱਲ ਵੀ ਐਕਚੁਅਲੀ ਪੇਡ ਬੈਚ ਦੇ ਵਿੱਚ ਵੀ ਇਹੀ ਗੱਲ ਬੋਲੀ ਸੀ कि प्लीज़ ये सोच के ना चलो कि हाले पेपर दूर है आराम कर लाँगे वगैरह वगैरह ठीक है अज ही करना हूने तो ही करना गल ख़त्म राइट साउंड घट है एक मिनट रुको मैं देख दा एक सैकेंड रुको हाँ जी प्लीज हूँ क्लियर करना हूँ क्लियर करना इस तो बाद कि साउंड क्लियर है अगर है तो फिर सैशन स्टार्ट कर ही देते हैं ओके हां जी हजीजी एक्चुअली पेड बैच ਦੇ ਵਿੱਚ ਨਾ 5 ਸਟੂਡੈਂਟਸ ਆਰ देयर ਜਿਨ੍ਹਾਂ ਨੇ ਸਪੈਸ਼ਲ ਬੋਲਿਆ ਕਿ ਸੁਜੀਤ ਪਾਤਰ ਨੂੰ ਇੱਕ ਵਾਰ ਕਰਵਾ ਦਿਓ ਦੁਬਾਰਾ ਤੋਂ ਬਿਕਾਜ਼ ਇਹ ਵਾਲਾ YouTube ਦੇ ਉੱਪਰ ਆਇਆ ਨਹੀਂ ਸੀ ਨਾ that is why ओके ਜਾਂ ਫਿਰ ਇਹ ਮੈਂ पेड बैच ਦੇ ਵਿੱਚ ਕਰਵਾ ਦਾਂਗੀ ਅੱਜ ਔਰ ਇੱਥੇ ਆਪਾਂ ਕੋਈ ਹੋਰ ਕਰ ਲੈਨੇ ਆਈ ਡੋਨਟ ਹੈਵ ਐਨੀ ਪ੍ਰੋਬਲਮ ਜਿੱਦਾਂ ਤੁਸੀਂ ਸਾਰੇ ਕਹੋਗੇ ਉਦਾਂ ਹੀ ਕਰ ਲਾਂਗੇ ਕੋਈ ਪ੍ਰੋਬਲਮ ਨਹੀਂ ਹੈ ਕੀ ਤੁਸੀਂ ਡਾਕਟਰ ਜਗਤਾਰ ਕਰਨਾ ਚਾਹੁੰਦੇ ਹੋ ਅੱਜ ਜਾਂ surjit patar? ਹਾਂਜੀ ਹੁਣ ਠੀਕ ਐ। ਓਕੇ ਦਨ ਓਕੇ ਚਲੋ ਇੱਥੇ surjit patar ਕਰ ਲੈਂਦੇ ਅੱਜ ਠੀਕ ਐ। ਹੈਲੋ ਮੀਨਾਕshi ਜੀ ਚਲੋ ਫਿਰ ਕਰਦੇ ਆਂ ਸਟਾਰਟ। ਓਕੇ surjit patar ਜੀ ਦੇ ਬਾਰੇ ਦੇ ਵਿੱਚ ਗੱਲ ਕਰਾਂਗੇ। ਓਕੇ? ਹਾਂਜੀ surjit patar ਨੂੰ ਵੈਸੇ ਸਭ ਤੋਂ ਜ਼ਿਆਦਾ ਕਿਹੜੀਆਂ ਚੀਜ਼ਾਂ ਲਈ ਜਾਣਿਆ ਜਾਂਦਾ ਜਿੱਥੇ ਤੱਕ ਮੈਨੂੰ ਲੱਗਦਾ ਏ ਤੁਹਾਨੂੰ ਪਤਾ ਹੋਏਗਾ। ਰਾਈਟ? ਚਲੋ ਸਾਰੇ ਕਹਿ ਰਹੇ ਹਨ ਸੁਜੀਤ ਪਾਤਰ ਕੀਤਾ ਹੋਇਆ ਆ ਕੋਈ ਪ੍ਰੋਬਲਮ ਨਹੀਂ ਇਹਨੂੰ ਛੋੜ ਦਿੰਨੇ ਆ ਠੀਕ ਹੈ ਓਹੋ ਕਿੰਨਾ ਕਨਫਿਊਜ਼ ਕਰ ਰਹੇ ਹੋ ਚਲੋ ਕੋਈ ਗੱਲ ਨਹੀਂ ਅੱਜ ਸੁਰਜੀਤ ਪਾਤਰ ਹੀ ਕਰਦੇ ਆ ਹੁਣ ਖੁੱਲਤਾ ਗਿਆ ਹੀ ਆ ਠੀਕ ਹੈ ਓਕੇ ਨੋ ਮੋਰ ਡਿਸਕਸ਼ਨ ਜਿਨ੍ਹਾਂ ਦਾ ਹੋ ਚੁੱਕਿਆ ਉਹ ਰਿਵੀਜ਼ਨ ਕਰ ਲਓ ਠੀਕ ਹੈ ਜਿਨ੍ਹਾਂ ਦਾ ਨਹੀਂ ਹੋਇਆ ਉਹ ਨਿਊ ਕਰ ਲਓ ਓਕੇ ਨਾ ਚਲੋ ਕਰਦੇ ਆ ਸਟਾਰਟ ਸੁਰਜੀਤ ਪਾਤਰ ਦੇ ਬਾਰੇ ਵਿੱਚ ਠੀਕ ਹੈ ਜੀ ਜਦੋਂ ਅਸੀਂ ਸੁਜੀਤ ਪਾਤਰ ਦੀ ਗੱਲ ਕਰਦੇ ਹਾਂ ਇਹਨਾਂ ਨੇ ਸਾਰਾ ਕੁਝ ਲਿਖਿਆ ਇਹਨਾਂ ਨੇ ਗੀਤ ਵੀ ਲਿਖੀਆਂ ਇਹਨਾਂ ਨੇ ਗਜ਼ਲਾਂ ਵੀ ਲਿਖੀਆਂ ਇਹਨਾਂ ਨੇ ਕਵਿਤਾਵਾਂ ਵੀ ਲਿਖੀਆਂ ਛੰਦ ਰਹਿਤ ਠੀਕ ਹੈ ਪਰ ਜੇ ਤੁਸੀਂ ਦੇਖਣਾ ਹੋਵੇ ਕਿ ਇਹਨਾਂ ਨੂੰ ਜ਼ਿਆਦਾ ਪ੍ਰਸਿੱਧੀ ਕਿੱਥੋਂ ਮਿਲੀ ਹੈ ਤਾਂ ਇਹਨਾਂ ਨੂੰ ਪ੍ਰਸਿੱਧੀ ਮਿਲੀ ਇੱਕ ਗਜ਼ਲਕਾਰ ਦੇ ਤੌਰ ਦੇ ਉੱਪਰ ਠੀਕ ਹੈ ਇੱਕ ਹੋਰ ਅਸੀਂ ਐਦਾਂ ਦਾ ਹੀ ਕਵੀ ਕਰਾਂਗੇ ਅੱਜ ਹੀ ਪੀੜ ਬੈਚ ਦੇ ਵਿੱਚ ਉਹਨਾਂ ਨੂੰ ਵੀ ਗਜ਼ਲਾਂ ਦੇ ਲਈ ਬਹੁਤ ਜ਼ਿਆਦਾ ਜਾਣਿਆ ਜਾਂਦਾ ਠੀਕ ਹੈ ਤੇ ਸੁਜੀਤ ਪਾਤਰ ਦੀ ਵੀ ਜ਼ਿਆਦਾ ਜਿਹੜੀ ਪ੍ਰਸਿੱਧੀ ਹੈ ਉਹਨਾਂ ਦੀਆਂ ਗ਼ਜ਼ਲਾਂ ਕਰਕੇ ਹੋਈ ਸੀ ਠੀਕ ਹੈ ਤੇ ਕਵਿਤਾਵਾਂ ਇਹਨਾਂ ਨੇ ਕਿਸ ਤਰ੍ਹਾਂ ਦੇ ਲਿਖੀਆਂ ਕਵਿਤਾਵਾਂ ਇਹਨਾਂ ਨੇ ਲਿਖੀਆਂ ਚੰਦ ਰਹਿਤ ਓਕੇ ਹੁਣ ਦੇਖਣਾ ਹੈ ਕਿ ਇਹਨਾਂ ਦੀ ਗ਼ਜ਼ਲਾਂ ਦੀ ਖਾਸੀਅਤ ਕੀ ਹੈ ਗ਼ਜ਼ਲਾਂ ਤਾਂ ਹੋਰ ਵੀ ਕਈ ਪੰਜਾਬੀ ਕਵੀਆਂ ਨੇ ਲਿਖੀਆਂ ਹੋਣਗੀਆਂ ਬਟ ਇਹਨਾਂ ਦੀ ਖਾਸੀਅਤ ਇਹ ਸੀ ਕਿ ਨਾ ਇਹਨਾਂ ਨੇ ਗ਼ਜ਼ਲਾਂ ਨੂੰ ਉਰਦੂ ਦੇ ਪ੍ਰਭਾਵ ਤੋਂ ਬਿਲਕੁਲ ਮੁਕਤ ਕਰ ਦਿੱਤਾ ਤੁਹਾਨੂੰ ਪਤਾ ਹੈ ਜ਼ਿਆਦਾਤਰ ਜਿਹੜੀਆਂ ਗ਼ਜ਼ਲਾਂ ਆ ਉਹ ਉਰਦੂ ਦੇ ਵਿੱਚ ਹੁੰਦੀਆਂ ਹੈ ਹੈਨਾ ਪਰ ਇਹਨਾਂ ਨੇ ਉਰਦੂ ਤੋਂ ਬਿਨਾ ਇਹਨੂੰ ਆਪਣੇ ਹੀ ਪੰਜਾਬੀ ਰੰਗਣ ਦੇ ਵਿੱਚ ਰੰਗਣ ਦੀ ਪੂਰੀ ਕੋਸ਼ਿਸ਼ ਕੀਤੀ। ਬਿਲਕੁਲ ਜਸਪ੍ਰੀਤ ਜੀ ਸਹੀ ਬੋਲ ਰਹੇ ਹੋ। ਡਾਕਟਰ ਜਗਤਾਰ ਜੀ ਨੂੰ ਗ਼ਜ਼ਲ ਗੋ ਕਿਹਾ ਜਾਂਦਾ ਆ। ਠੀਕ ਹੈ? ਓਕੇ। ਤਾਂ ਇਹਨਾਂ ਨੇ ਉਰਦੂ ਨੂੰ ਛੱਡ ਕੇ ਔਰ ਪੰਜਾਬੀ ਰੰਗਣ ਦੇ ਵਿੱਚ ਗ਼ਜ਼ਲਾਂ ਨੂੰ ਰੰਗ ਦਿੱਤਾ। ਓਕੇ। ਇਸ ਤਰ੍ਹਾਂ ਆਪਣੇ ਹੀ ਤਰ੍ਹਾਂ ਦੀ ਇੱਕ ਆਧੁਨਿਕ ਔਰ ਨਵੇਕਲੀ ਪਛਾਣ ਇਹਨਾਂ ਨੇ ਗ਼ਜ਼ਲਾਂ ਨੂੰ ਦਿੱਤੀ ਸੀ। ਠੀਕ ਹੈ? ਤਾਂ ਅਗਰ ਤੁਹਾਡੇ ਕੋਲ ਪੁੱਛਿਆ ਜਾਏ ਕਿ surjit patar ਨੇ ਲਿਖਿਆ ਕੀ ਕੀ ਹੈ ਫਿਰ ਤਾਂ ਅਗਰ ਸਾਰੇ ਆਪਸ਼ਨ ਹੈ ਤਾਂ ਤੁਸੀਂ ਸਾਰੇ ਲਗਾ ਦੋਗੇ ਪਰ ਜੇ ਆਏ ਕਿ surjit patar ਦੀ ਪ੍ਰਸਿੱਧੀ ਕਿਸ ਵਜੋਂ ਹੋਈ ਹੈ ਤਾਂ ਫਿਰ ਤੁਹਾਡਾ ਆਨਸਰ ਇੱਥੇ ਗਜ਼ਲਕਾਰ ਹੋਣਾ ਚਾਹੀਦਾ ਹੈ ਓਕੇ ਔਰ ਇਹਨਾਂ ਨੇ ਪੰਜਾਬ ਦੀ ਜਿਹੜੀ ਗਜ਼ਲ ਹੈ ਇਸ ਨੂੰ ਬੋਧਿਕ ਮਸਲਿਆਂ ਦੇ ਨਾਲ ਔਰ ਯਥਾਰਥਿਕ ਮਸਲਿਆਂ ਦੇ ਨਾਲ ਜੋੜਿਆ ਹੈ ਐਦਾਂ ਨਹੀਂ ਹੈ ਕਿ ਕੱਲੇ ਪਿਆਰ ਦੀਆਂ ਹੀ ਗੱਲਾਂ ਕਰੀ ਗਈ ਇਹਨਾਂ ਨੇ ਉਸ ਦੇ ਨਾਲ ਨਾਲ ਬੋਧਿਕ ਗੱਲਾਂ ਵੀ ਕੀਤੀਆਂ ਔਰ ਅਸਲੀ ਮਸਿਆਂ ਨੂੰ ਵੀ ਛੋਇਆ ਆ ਓਕੇ ਜ਼ਿਆਦਾਤਰ ਤੁਸੀਂ ਗਜ਼ਲਾਂ ਦੇਖੋਗੇ ਨਾ ਤਾਂ ਉਹਨਾਂ ਦੇ ਸੋਹਣੇ ਪੰਨਵਲ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਯਾਨੀ ਕਿ ਰੂਪ ਨੂੰ ਜ਼ਿਆਦਾ ਧਿਆਨ ਦਿੱਤਾ ਜਾਂਦਾ ਸੀ ਪਰ ਜਦੋਂ ਇਹਨਾਂ ਨੇ ਗਜ਼ਲ ਲਿਖਣੀ ਸ਼ੁਰੂ ਕੀਤੀ ਤਾਂ ਇਹਨਾਂ ਨੇ ਵਿਸ਼ੇ ਵੱਲ ਜ਼ਿਆਦਾ ਧਿਆਨ ਦਿੱਤਾ ਠੀਕ ਹੈ ਇਹਨਾਂ ਨੇ ਸੋਚਿਆ ਕਿ ਅਗਰ ਮੇਰੀ ਗਜ਼ਲ ਦੇਖਣ ਵਿੱਚ ਸੁਣਨ ਚ ਤਾਂ ਸੋਹਣੀ ਹੈ ਪਰ ਉਸ ਦੇ ਵਿੱਚ ਮੈਂ ਜੇ ਕੋਈ ਸਹੀ ਸੰਦੇਸ਼ ਨਹੀਂ ਪਹੁੰਚਾ ਸਕਿਆ ਸਹੀ ਵਿਸ਼ਾ ਨਹੀਂ ਦੇ ਸਕਿਆ ਤਾਂ ਉਸ ਦਾ ਕੋਈ ਫਾਇਦਾ ਨਹੀਂ ਓਕੇ ਤਾਂ ਇਸ ਲਈ ਇਹਨਾਂ ਨੇ ਆਪਣੀ ਗਜ਼ਲ ਨੂੰ ਰੂਪ ਨਾਲੋਂ ਜ਼ਿਆਦਾ ਵਿਸ਼ੇ ਪੱਖ ਵੱਲ ਧਿਆਨ ਦੇ ਕੇ ਸਿਰਜਾ ਸੀ ਓਕੇ ਠੀਕ ਹੈ ਹੁਣ ਦੇਖੋ ਜਦੋਂ ਅਸੀਂ ਇਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਪੜਦੇ ਆ ਤਾਂ ਸਾਡੇ ਸਾਹਮਣੇ ਆ ਜਾਂਦਾ ਹੈ ਜੀ ਹਵਾ ਵਿੱਚ ਲਿਖੇ ਹਰਫ ਹੈਨਾ ਪਰ ਉਹਦੇ ਤੋਂ ਪਹਿਲਾਂ ਵੀ ਇਹਨਾਂ ਦੀਆਂ ਕੁਝ ਨਜ਼ਮਾਂ ਛਪੀਆਂ ਸੀ ਠੀਕ ਹੈ ਇੱਥੇ ਹੁਣ ਮੈਂ ਕਾਵ ਸੰਗ੍ਰਹਿ ਦੀ ਗੱਲ ਨਹੀਂ ਕੀਤੀ ਯਾਦ ਰੱਖਣਾ ਓਕੇ ਮੈਂ ਗੱਲ ਕੀਤੀ ਹੈ ਨਜ਼ਮਾਂ ਦੀ ਇਹਨਾਂ ਦੀਆਂ ਨਜ਼ਮਾਂ ਛਪੀਆਂ ਸੀ ਕੋਲਾਜ ਨਾਮ ਦੀ ਕਿਤਾਬ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਰਹੂਗਾ ਇਹਨੂੰ ਯਾਦ ਰੱਖਣਾ ਓਕੇ ਤੇ ਕੋਲਾਜ ਦਾ ਜਿਹੜਾ ਪ੍ਰਕਾਸ਼ਨ ਸਾਲ ਹੈ ਉਹ ਸੀ 1973 ਉਸ ਟਾਈਮ ਦੇ ਉੱਪਰ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਤਾਂ ਰਾਈਟਰ ਨਹੀਂ ਸੀ ਬਹੁਤ ਜ਼ਿਆਦਾ ਫੇਮਸ ਤਾਂ ਨਹੀਂ ਸੀ ਹੈਨਾ ਤਾਂ ਇਸ ਤੇ ਲਈ ਇਹਨਾਂ ਨੇ ਕੀ ਕੀਤਾ ਆਪਣੇ ਦੋ ਦੋਸਤਾਂ ਦੇ ਨਾਲ ਮਿਲ ਕੇ ਔਰ ਆਪਣੇ ਕੋਲਾਜ ਨਾਮ ਦੀ ਕਿਤਾਬ ਨੂੰ ਛਪਵਾਇਆ ਸੀ ਓਕੇ ਐਂ ਦੇ ਵਿੱਚ ਕਿੰਨੀਆਂ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਨੋ ਕਵਿਤਾਮਾ ਠੀਕ ਹੈ ਦੇਖੋ ਇਹਨਾਂ ਦੀ ਨਜ਼ਮਾਂ ਨਾ ਤੇ ਨਜ਼ਮਾਂ ਔਰ ਨਾ ਤੇ ਹੀ ਨੋ ਆ ਜਾਂਦਾ ਹੈ ਓਕੇ ਤਾਂ ਇਹ ਨਜ਼ਮਾਂ ਦਾ ਸੰਗ੍ਰਹਿ ਇਹਨਾਂ ਦਾ ਕੋਲਾਜ ਨਾਮ ਦੀ ਕਿਤਾਬ ਦੇ ਵਿੱਚ ਛਾਪਿਆ ਗਿਆ ਸੀ ਓਕੇ ਔਰ ਇਹਨਾਂ ਦੇ ਪਹਿਲੇ ਕਾਵ ਸੰਗ੍ਰਹਿ ਤੋਂ ਪਹਿਲਾਂ ਛਾਪਿਆ ਗਿਆ ਓਕੇ ਐਦੇ ਵਿੱਚ ਇਹਨਾਂ ਨੇ ਕੀ ਦਿਖਾਇਆ ਆਪਣੀ ਪਹਿਲੀ ਹੀ ਰਚਨਾ ਦੇ ਵਿੱਚ ਇਹਨਾਂ ਨੇ ਸਮਾਜਿਕ ਔਰ ਰਾਜਸੀ ਪ੍ਰਬੰਧ ਦੇ ਉੱਪਰ ਬਹੁਤ ਤਿੱਖਾ ਵਿਅੰਗ ਕੀਤਾ ਸੀ ਤਾਂ ਕੀ ਅਸੀਂ ਕਹਿ ਸਕਦੇ ਹਾਂ ਕਿ surjit patar ਦੀਆਂ ਰਚਨਾਵਾਂ ਦੇ ਵਿੱਚ ਵਿਅੰਗ ਵੀ ਦੇਖਣ ਨੂੰ ਮਿਲ ਸਕਦਾ ਹੈ ਬਿਲਕੁਲ ਮਿਲ ਸਕਦਾ ਹੈ ਓਕੇ ਠੀਕ ਹੈ ਜੀ ਅੱਗੇ ਚੱਲਦੇ ਹਾਂ ਹੁਣ ਇਹਨਾਂ ਦਾ ਦੇਖ ਲਾਂਗੇ ਅਸੀਂ ਬੇਸਿਕ ਜੀ ਇਨਫੋਰਮੇਸ਼ਨ ਇਹਨਾਂ ਦਾ ਜਨਮ ਹੋਇਆ 14 ਜਨਵਰੀ 1945 ਪਿੰਡ ਰਹੇਗਾ ਪੱਤੜਕਲਾ ਔਰ ਜ਼ਿਲ੍ਹਾ ਹੈ ਜਲੰਧਰ ਤੁਸੀਂ ਦੇਖ ਰਹੇ ਹੋ ਪਿਛਲੇ ਦਿਨਾਂ ਵਿੱਚ ਅਸੀਂ ਜਿੰਨੇ ਵੀ ਕਵੀ ਵਗੈਰਾ ਕਰ ਰਹੇ ਹਾਂ ਇਹਨਾਂ ਦਾ ਜਲੰਧਰ ਦੇ ਨਾਲ ਔਰ ਪਾਕਿਸਤਾਨ ਦੇ ਨਾਲ ਤਾਂ ਰਿਸ਼ਤਾ ਬਹੁਤ ਗੂੜਾ ਜਿਹਾ ਲੱਗਦਾ ਹੈ ਸਾਰੇ ਆਂਦਾਈ ਹੈ ਨਾ ਤਾਂ ਹੁਣ ਇਹਨਾਂ ਦਾ ਵੀ ਜਨਮ ਕਿੱਥੇ ਹੋ ਰਿਆ ਆ ਜਲੰਧਰ ਦੇ ਵਿੱਚ ਪਿੰਡ ਸੀਗਾ ਪੱਤੜਕਰਾ ਓਕੇ ਕਿਤੇ ਕਿਤੇ ਤੁਹਾਨੂੰ ਇਹ ਵਾਲੀ ਤਾਰੀਖ ਮਿਲੇਗੀ 13 ਜਨਵਰੀ ਓਕੇ ਪਰ 13 ਜਨਵਰੀ ਨੂੰ ਸਹੀ ਨਹੀਂ ਮੰਨਣਾ ਓਕੇ ਜ਼ਿਆਦਾ ਮੰਨਤਾ ਰਹੇ ਕਿ 14 ਜਨਵਰੀ ਦੀ ਜੇ ਉੱਥੇ 14 ਜਨਵਰੀ ਆਉਂਦਾ ਹੀ ਨਹੀਂ ਫਿਰ ਤੁਸੀਂ 13 ਜਨਵਰੀ ਆਂਸਰ ਲਗਾ ਕੇ ਆ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈ ਓਕੇ ਔਰ ਜਨਮ ਸਥਾਨ ਤੁਸੀਂ ਜਲੰਧਰ ਹੀ ਰੱਖਣਾ ਰਾਈਟ ਪਿਤਾ ਜੀ ਦਾ ਨਾਮ ਹਰਪਜਨ ਸਿੰਘ ਮਾਤਾ ਜੀ ਦਾ ਨਾਮ ਗੁਰਬਖਸ਼ ਕੋਰ ਹੁਣ ਇਹਨਾਂ ਨੇ ਆਪਣੀ ਪ੍ਰਾਇਮਰੀ ਦੀ ਪੜ੍ਹਾਈ ਤਾਂ ਆਪਣੇ ਪਿੰਡ ਤੋਂ ਹੀ ਕੀਤੀ ਯਾਨੀ ਪੱਤੜ ਕਲਾ ਤੋਂ ਹੀ ਠੀਕ ਹੈ 10ਵੀਂ ਦੇ ਵਿੱਚ ਇਹਨਾਂ ਨੇ ਖਾਲਸਾ ਹਾਈ ਸਕੂਲ ਖੈਰਾ ਮੱਜਾ ਦੇ ਵਿੱਚ ਐਡਮਿਸ਼ਨ ਲੈ ਲਈ ਇਹਨਾਂ ਨੇ ਵੀ ਪੜ੍ਹਾਈ ਕਾਫੀ ਅੱਛੀ ਖਾਸੀ ਕੀਤੀ ਹੈ ਫਿਰ ਇਹਨਾਂ ਨੇ ਕੀਤੀ ਬੀਏ ਬੀਏ ਇਹਨਾਂ ਨੇ ਕਪੂਰਥਲਾ ਤੋਂ ਕੀਤੀ ਰੰਧੀਰ ਗਵਰਨਮੈਂਟ ਕਾਲਜ ਤੋਂ ਠੀਕ ਹੈ ਫਿਰ ਇਹਨਾਂ ਨੇ ਐਮਏ ਕੀਤੀ ਪੰਜਾਬੀ ਦੇ ਵਿੱਚ ਇਹ ਵੀ ਤੁਸੀਂ ਯਾਦ ਰੱਖਣਾ ਕਿ ਇਹਨਾਂ ਨੇ ਐਮਏ ਕੀਤੀ ਕਿਸ ਦੇ ਵਿੱਚ ਹੈ ਵੈਸੇ ਤਾਂ ਪੰਜਾਬੀ ਦੇ ਕਵੀ ਹੈ ਤੁਹਾਨੂੰ ਵੈਸੇ ਯਾਦ ਰਹਿ ਜਾਣੇ ਆ ਬਟ ਅਦਰਵਾਈਜ਼ ਵੀ ਯਾਦ ਰੱਖਣਾ ਠੀਕ ਹੈ ਔਰ ਪੰਜਾਬੀ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੀ ਕੀਤੀ ਸੀ ਓਕੇ ਹੁਣ ਦੇਖੋ ਇਸ ਤੋਂ ਜ਼ਿਆਦਾ ਵੀ ਅੱਗੇ ਜਾ ਕੇ ਹੋਰ ਪੜੇ ਨੇ ਇਹਨਾਂ ਨੇ ਪੀਐਚਡੀ ਵੀ ਕੀਤੀ ਹੈ ਠੀਕ ਹੈ ਉਹ ਇਹਨਾਂ ਨੇ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ ਸੀ ਓਕੇ ਹੁਣ ਇਹਦਾ ਵਿਸ਼ਾ ਕਿਹੜਾ ਰਿਹਾ अच्छा मेरी गल सुनो जेडे स्टूडेंट्स ने सुरजीत पातर ਪਹਿਲਾਂ ਪੜਿਆ ਹੋਇਆ ਉਹਨਾ ਅਗਰ ਮੈਂ ਕੋਈ ਇਕੁਏਸ਼ਨ ਪੁੱਛਾਂ ਤਾਂ ਉਸਦਾ ਆਨਸਰ ਤੁਸੀਂ ਨਾਲ ਦੇ ਨਾਲ ਨਾ ਕਮੈਂਟ ਸੈਕਸ਼ਨ ਵਿੱਚ ਲਿਖਦੇ ਜਾਣਾ ਇਸ ਤਰ੍ਹਾਂ ਤੁਹਾਡੀ ਰਿਵੀਜ਼ਨ ਹੋ ਜਾਏਗੀ ਤੇ ਤੁਹਾਨੂੰ ਪਤਾ ਚੱਲ ਜਾਏਗਾ ਕਿ ਤੁਹਾਨੂੰ ਕਿੰਨਾ ਆਉਂਦਾ ਆ ਠੀਕ ਹੈ ਓਕੇ ਅੱਗੇ ਚੱਲਦੇ ਆ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਇਹਨਾਂ ਨੇ ਪੀ ਐਚ ਡੀ ਕੀਤੀ ਇਸ ਦਾ ਵਿਸ਼ਾ ਸੀਗਾ ਟਰਾਂਸਫਰਮੇਸ਼ਨ ਆਫ ਫੋਕਲੋ ਇਨ ਗੁਰੂ ਨਾਨਕ ਵਾਣੀ ਓਕੇ 1969 ਦੇ ਵਿੱਚ ਇਹਨਾਂ ਨੇ ਨੌਕਰੀ ਕਰਨੀ ਸਟਾਰਟ ਕਰਤੀ ਸਭ ਤੋਂ ਪਹਿਲਾਂ ਇਹ ਲੈਕਚਰਰ ਲੱਗੇ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਦੇ ਵਿੱਚ ਠੀਕ ਹੈ ਅੰਮ੍ਰਿਤਸਰ ਦੇ ਵਿੱਚ ਬਾਅਦ ਦੇ ਵਿੱਚ ਇਹਨਾਂ ਨੇ ਲੁਧਿਆਣਾ ਦੀ ਜੋ ਖੇਤੀਬਾੜੀ ਯੂਨੀਵਰਸਿਟੀ ਹੈ ਐਗਰੀਕਲਚਰ ਯੂਨੀਵਰਸਿਟੀ ਉਸਤੇ ਵਿੱਚ ਵੀ ਇਹਨਾਂ ਨੇ ਪੜ੍ਹਾਉਣਾ ਸ਼ੁਰੂ ਕੀਤਾ ਸੀ ਓਕੇ ਔਰ ਇੱਥੇ ਹੀ ਇਹ ਪੜ੍ਹਾਉਂਦੇ ਰਹੇ ਹੈ ਜਦੋਂ ਤੱਕ ਇਹਨਾਂ ਦੀ ਲਾਈਕ ਸੇਵਾ ਮੁਕਤੀ ਨਹੀਂ ਹੋ ਗਈ ਓਕੇ ਯਾਨੀ ਕਿ ਆਪਣੇ ਐਂਡ ਤੱਕ ਜਦੋਂ ਰਿਟਾਇਰਮੈਂਟ ਤੱਕ ਇਹ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਹੀ ਪੜਾਉਂਦੇ ਸੀਗੇ ਓਕੇ ਹੁਣ ਅਸੀਂ ਗੱਲ ਕਰਦੇ ਹਾਂ ਕਿ ਇਹਨਾਂ ਨੇ ਅੱਗੇ ਜਾ ਕੇ ਕਿਹੜੀਆਂ-ਕਿਹੜੀਆਂ ਸੰਸਥਾਵਾਂ ਦੇ ਵਿੱਚ ਆਪਣਾ ਸਥਾਨ ਬਣਾਇਆ ਐ ਇੱਥੇ ਤੱਕ ਤਾਂ ਅਸੀਂ ਦੇਖ ਹੀ ਲਿਆ 2002 ਦੇ ਵਿੱਚ ਇਹ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਬਣੇ ਇਹ ਸਾਲ ਵੀ ਇੰਪੋਰਟੈਂਟ ਹੈ ਔਰ ਇਹ ਆਰਗੇਨਾਈਜੇਸ਼ਨ ਵੀ ਠੀਕ ਹੈ ਤਾਂ ਇਹ ਤੁਸੀਂ ਯਾਦ ਰੱਖੋਗੇ ਇਹਨਾਂ ਨੇ ਇਹਦੇ ਵਿੱਚ 6 ਸਾਲ ਸੇਵਾ ਕੀਤੀ ਐ 2002 ਤੋਂ ਲੈ ਕੇ 2008 ਤੱਕ ਇਹ ਇੱਥੇ ਪ੍ਰਧਾਨ ਬਨੇ ਰਹੇ ਨੇ ਓਕੇ ਔਰ ਐਸ ਸਮੇਂ ਦੇ ਦੌਰਾਨ ਇਹਨਾਂ ਨੇ ਐਸ ਅਕਾਦਮੀ ਦੇ ਵਿੱਚ ਬਹੁਤ ਸਾਰੀਆਂ ਸਾਹਿਤਿਕ ਸਰਗਰਮੀਆਂ ਨੂੰ ਅੰਜਾਮ ਦਿੱਤਾ ਸੀ ਠੀਕ ਹੈ ਜੀ ਫਿਰ 2013 ਦੀ ਗੱਲ ਆ ਜਾਂਦੀ ਹੈ 2013 ਦੇ ਵਿੱਚ ਇਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਸਾਹਿਤ ਅਕਾਦਮੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਤਾਂ ਇੱਥੋਂ ਹੀ ਸਾਨੂੰ ਪਤਾ ਚੱਲ ਰਿਹਾ ਹੈ ਕਿ ਜਦੋਂ ਕੋਈ ਪੰਜਾਬ ਦੀ ਸਾਹਿਤ ਅਕਾਦਮੀ ਦਾ ਪ੍ਰਧਾਨ ਬਣ ਰਿਹਾ ਹੈ ਤਾਂ ਕਿੰਨਾ ਜ਼ਿਆਦਾ ਉਸ ਟਾਈਮ ਫੇਮਸ ਹੋਏਗਾ ਰਾਈਟਰ ਦੇ ਤੌਰ ਦੇ ਉੱਪਰ ਕਿੰਨਾ ਉਹਨਾਂ ਨੂੰ ਮੰਨਿਆ ਜਾਂਦਾ ਹੋਏਗਾ ਫਿਰ 2013 ਦੇ ਵਿੱਚ ਹੀ ਯਾਨੀ ਕਿ ਇਹ ਇੱਕੋ ਹੀ ਸਾਲ ਹੈ ਠੀਕ ਹੈ 2013 ਦੇ ਵਿੱਚ ਹੀ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ ਫਤਿਹਗੜ ਦੇ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਬਣਾ ਦਿੱਤਾ ਗਿਆ ਓਕੇ ਤਾਂ ਇਹ 2013 ਦੀਆਂ ਦੋਨੋਂ ਹੀ ਚੀਜ਼ਾਂ ਇੰਪੋਰਟੈਂਟ ਰਹਿਣਗੀਆਂ ਯਾਦ ਰੱਖਣਾ ਇਸ ਤੋਂ ਬਾਅਦ ਹੁਣ ਅਸੀਂ ਦੇਖ ਲੈਣਾ ਇਹਨਾਂ ਦੀਆਂ ਮਹੱਤਵਪੂਰਨ ਰਚਨਾਵਾਂ ਦੇ ਬਾਰੇ ਵਿੱਚ ਓਕੇ ਸਭ ਤੋਂ ਪਹਿਲੀ ਰਚਨਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਅਗਰ ਪੁੱਛਿਆ ਜਾਏ ਇਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਹੈ ਸਿੱਧਾ ਆਨਸਰ ਆਏਗਾ ਹਵਾ ਵਿੱਚ ਲਿਖੇ ਹਰਫ ਓਕੇ ਤੇ ਸੁਰਜੀਤ ਪਾਤਰ ਬਾਰੇ ਜਦੋਂ ਤੁਸੀਂ ਗੱਲ ਕਰਦੇ ਹੋ ਇਹਨਾਂ ਦੀਆਂ ਜ਼ਿਆਦਾਤਰ ਰਚਨਾਵਾਂ ਦੇ ਵਿੱਚ ਤੁਹਾਨੂੰ ਮਿਲੇਗਾ ਅੱਖਰ ਹਰਫ ਸ਼ਬਦ ਠੀਕ ਹੈ ਜਾਂ ਫਿਰ ਗੀਤ ਸੁਰ ਓਕੇ ਐਦਾਂ ਦੀਆਂ ਚੀਜ਼ਾਂ ਜਿੱਥੇ ਵੀ ਤੁਹਾਨੂੰ ਦਿਖ ਜਾਣ ਅਗਰ ਨਹੀਂ ਪਤਾ ਕੋਈ ਪ੍ਰੋਬਲਮ ਨਹੀਂ ਸਿੱਧਾ ਆਨਸਰ ਸੁਜੀਤ ਪਾਤਰ ਲਗਾ ਦੇਣਾ 99% ਤੁਹਾਡਾ ਕੁਐਸ਼ਨ ਠੀਕ ਹੋ ਜਾਏਗਾ ਓਕੇ ਇਹ ਤੁਹਾਨੂੰ ਐਸੀ ਹੀ ਸਲਾਈਡ ਤੋਂ ਪਤਾ ਵੀ ਚੱਲ ਜਾਣਾ ਆ ਜਿਸ ਤਰ੍ਹਾਂ ਅਸੀਂ ਹਵਾ ਵਿੱਚ ਲਿਖੇ ਹਰਫ ਹਰਫ ਕਿੰਨੂੰ ਕਹਿੰਦੇ ਆ ਅੱਖਰਾਂ ਨੂੰ ਕਹਿੰਦੇ ਆ ਠੀਕ ਹੈ ਇਹ ਕਿੰਨਾਂ ਨੇ ਲਿਖੀ ਫਿਰ ਸੁਜੀਤ ਪਾਤਰ ਨੇ 1979 ਦੇ ਵਿੱਚ ਪਹਿਲੀ ਵਾਰ ਲਿਖੀ ਗਈ ਸੀ ਔਰ ਇਹ ਇਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਸੀ ਓਕੇ ਫਿਰ ਆ ਗਿਆ ਬਿਰਖ ਅਰਜ਼ ਕਰੇ 1992 ਹਨੇਰੇ ਵਿੱਚ ਸੁਲਗਦੀ ਵਰਣਮਾਲਾ ਵਰਣਮਾਲਾ ਕੀ ਹੁੰਦਾ ਇਹ ਵੀ ਤਾਂ ਅੱਖਰ ਹੀ ਹੁੰਦੇ ਆ ਤਾਂ ਫਿਰ ਤੁਸੀਂ surjit patar ਦੇ ਨਾਲ ਜੋੜ ਦੋ ਇਹ 1992 ਦੇ ਵਿੱਚ ਆਈ ਫਿਰ ਹੈ ਲਫ਼ਜ਼ਾਂ ਦੀ ਦਰਗਾਹ ਲਫ਼ਜ਼ ਕੀ ਹੈ ਅੱਖਰ ਹੈ ਸ਼ਬਦ ਹੈ ਇਹ ਵੀ surjit ਨਾਲ ਜੋੜ ਕੇ 2003 ਫਿਰ ਪੁੱਛਿਆ ਜਾ ਸਕਦਾ ਹੈ ਕਿ ਲਫ਼ਜ਼ਾਂ ਦੀ ਦਰਗਾਹ ਦੀ ਭੂਮਿਕਾ ਕਿਸ ਨੇ ਲਿਖੀ ਹੈ ਤਾਂ ਇਸ ਦਾ ਨਾਮ ਯਾਦ ਰੱਖਣਾ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਨੇ ਲਫ਼ਜ਼ਾਂ ਦੀ ਦਰਗਾਹ ਦੀ ਭੂਮਿਕਾ ਲਿਖੀ ਸੀ ਠੀਕ ਹੈ ਔਰ ਐਸੇ ਹੀ ਕਿਰਤ ਦੇ ਲਈ ਇਹਨਾਂ ਨੂੰ ਸਰਸਵਤੀ ਸਨਮਾਨੀ ਦਿੱਤਾ ਗਿਆ ਤੁਹਾਨੂੰ ਮੈਂ ਇੱਕ ਚੀਜ਼ ਹਮੇਸ਼ਾ ਬੋਲਦੀ ਆ ਜਦੋਂ ਵੀ ਤੁਸੀਂ ਕੋਈ ਸਾਹਿਤਕਾਰ ਕਰੋ ਠੀਕ ਹੈ ਜਾਂ ਫਿਰ ਜਦੋਂ ਵੀ ਤੁਸੀਂ ਕੋਈ ਕਵੀ ਕਰਦੇ ਹੋ ਕੋਈ ਵੀ ਰਾਈਟਰ ਕਰਦੇ ਹੋ ਇੱਕ ਤਾਂ ਉਹਨਾਂ ਦੀ ਤੁਹਾਨੂੰ ਪਹਿਲੀ ਕਵਿਤਾ ਜਾਂ ਪਹਿਲਾ ਕਾਵ ਸੰਗ੍ਰਹਿ ਔਰ ਲਾਸਟ ਕਾਵ ਸੰਗ੍ਰਹਿ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਨੰਬਰ 1 ਨੰਬਰ 2 ਕੀ ਹੈ ਨੰਬਰ 2 ਇਹ ਯਾਦ ਰੱਖਣਾ ਹੈ ਕਿ ਅਗਰ ਇਹਨਾਂ ਨੂੰ ਕੋਈ ਅਵਾਰਡ ਦਿੱਤਾ ਗਿਆ ਦਾ ਓਵਰਲੀ ਰਚਨਾ ਦਾ ਨਾਮ ਉਹਦੀ ਪ੍ਰਕਾਸ਼ਨ ਦਾ ਵਰਾ ਇਹ ਦੋਨੋਂ ਹੀ ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਤੀਸਰੀ ਚੀਜ਼ ਕਿਹੜੀ ਮਹੱਤਵਪੂਰਨ ਹੈ ਅਗਰ ਇਹਨਾਂ ਦੀ ਕਿਸੇ ਕਿਤਾਬ ਦੇ ਵਿੱਚ ਕਿਸੇ ਪਰਸਨ ਨੇ ਭੂਮਿਕਾ ਲਿਖੀ ਹੈ ਮੁਖਬੰਦ ਲਿਖਿਆ ਤਾਂ ਇਹ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਠੀਕ ਹੈ ਇਹ ਤਿੰਨ ਚਾਰ ਚੀਜ਼ਾਂ ਦੇ ਨਾਲ ਰਿਲੇਟ ਕਰਕੇ ਸਾਰੀਆਂ ਹੀ ਰਚਨਾਵਾਂ ਹਰ ਕਿਸੇ ਦੀਆਂ ਯਾਦ ਰੱਖਣੀ ਹੈ ਓਕੇ ਹਾਂਜੀ ਬਿਲਕੁਲ ਮੰਡਜੀ ਤੁਸੀਂ ਸਹੀ ਬੋਲ ਰਹੇ ਹੋ ਓਕੇ ਮਿਨਾਕਸ਼ੀ ਜੀ ਜਦੋਂ ਵੀ ਤੁਹਾਡੇ ਕੋਲੋਂ ਪੁੱਛਿਆ ਜਾਏਗਾ ਨਾ ਕਾਵ ਸੰਗ੍ਰਹਿ ਕਾਵ ਸੰਗ੍ਰਹਿ ਦੇ ਵਿੱਚ ਤੁਹਾਨੂੰ ਕਦੀ ਵੀ ਕੋਲਾਜ ਨਹੀਂ ਆਏਗਾ ਇਹ ਧਿਆਨ ਰੱਖਣਾ ਠੀਕ ਹੈ ਸਮਝ ਗਏ ਅਗਰ ਆਂਦਾ ਪਹਿਲੀ ਰਚਨਾ ਕਿਹੜੀ ਸੀ ਕਿਹੜੀ ਕਿਤਾਬ ਵਿੱਚ ਛਪੀਆਂ ਸੀ ਨਜ਼ਮਾ ਫਿਰ ਤੁਹਾਨੂੰ ਜ਼ਰੂਰ ਕੋਲਾਜ ਆ ਸਕਦਾ ਹੈ ਓਕੇ ਜੀ ਆਲ ਰਾਈਟ ਅੱਗੇ ਚੱਲੋ ਲਫ਼ਜ਼ਾਂ ਦੀ ਦਰਗਾਹ ਹੋ ਗਿਆ ਹੁਣ ਇਹਨਾਂ ਦੇ ਲਈ ਇਹਨਾਂ ਨੂੰ ਸਰਸਵਤੀ ਸਨਮਾਨ ਮਿਲਿਆ ਕਿਸ ਤਰ੍ਹਾਂ ਯਾਦ ਕਰਾਂਗੇ ਲਫ਼ਜ਼ਾਂ ਦੀ ਦਰਗਾਹ ਦਰਗਾਹ ਤੇ ਅਸੀਂ ਮੱਥਾ ਟੇਕਣ ਜਾਂਦੇ ਆ ਪੀਰਾਂ ਦੀ ਹੈਨਾ ਔਰ ਸਰਸਵਤੀ ਪੁਰਸਕਾਰ ਸਰਸਵਤੀ ਵੀ ਕੀ ਹੈ ਮਾਤਾ ਇਹਨਾਂ ਦੇ ਮੰਦਰ ਦੇ ਵਿੱਚ ਵੀ ਅਸੀਂ ਮੱਥਾ ਟੇਕਣ ਜਾਂਦੇ ਆ ਤਾਂ ਤੁਸੀਂ ਸਰਸਵਤੀ ਦੇ ਨਾਲ ਦਰਗਾਹ ਨੂੰ ਰਿਲੇਟ ਕਰਕੇ ਯਾਦ ਰੱਖ ਲੈਣਾ ਕਿ ਇਹਨਾਂ ਨੂੰ ਸਰਸਵਤੀ ਸਨਮਾਨ ਦਿੱਤਾ ਗਿਆ ਲਫ਼ਜ਼ਾਂ ਦੀ ਦਰਗਾਹ ਦੇ ਲਈ ਓਕੇ ਐਦਾਂ ਯਾਦ ਰੱਖ ਲੈਣਾ ਓਕੇ ਅਗਲਾ ਆ ਗਿਆ ਸੁਰਜ਼ਮੀਨ ਹੁਣ ਇਹ ਵੀ ਸੁਰ ਹੈ ਔਰ ਇਹ ਵੀ ਸੁਰ ਹੈ ਵੈਸੇ ਹੀ ਮੈਂ ਤੁਹਾਨੂੰ ਕਿਹਾ ਸੀ ਨਾ ਯਾ ਤਾਂ ਇਹਨਾਂ ਦੇ ਵਿੱਚ ਆ ਜੀਗਾ ਸ਼ਬਦ ਅੱਖਰ ਜਾਂ ਫਿਰ ਗੀਤ ਸੰਗੀਤ ਦੇ ਨਾਲ ਰਿਲੇਟ ਕਰਕੇ ਕੁਝ ਨਾ ਕੁਝ ਹੁੰਦਾ ਠੀਕ ਹੈ ਸੁਰ ਜ਼ਮੀਨ ਇਹਨਾਂ ਦੀ 2007 ਦੇ ਵਿੱਚ ਆਈ ਔਰ ਇਹ ਇਹਨਾਂ ਦਾ ਆਖਰੀ ਗਜ਼ਲ ਸੰਗ੍ਰਹਿ ਆਬਵੀਅਸਲੀ ਫਿਰ ਇਹ ਵੀ ਤੁਹਾਡੇ ਲਈ ਇੰਪੋਰਟੈਂਟ ਰਹੇਗਾ ਠੀਕ ਹੈ ਸ਼ੁਰੂ ਸ਼ੁਰੂ ਦੇ ਵਿੱਚ ਇਹਨਾਂ ਨੇ ਬਸ ਹਵਾ ਦੇ ਵਿੱਚ ਹੀ ਆਪਣੇ ਹਰਫ ਲਿਖੇ ਨੇ ਓਕੇ ਬਾਅਦ ਦੇ ਵਿੱਚ ਇਹਨਾਂ ਨੂੰ ਜ਼ਮੀਨ ਦੇ ਉੱਪਰ ਸੁਰ ਲਿਖਣ ਦਾ ਮੌਕਾ ਮਿਲਿਆ ਲਾਸਟ ਤੱਕ ਜਾਂਦੇ ਜਾਂਦੇ ਓਕੇ ਪਹਿਲਾ ਹਵਾ ਦੇ ਵਿੱਚ ਸੀ ਫਿਰ ਜ਼ਮੀਨ ਤੇ ਆ ਗਏ ਓਕੇ ਇਹਨਾਂ ਵਿੱਚ ਨਿਮਰਤਾ ਆਂਦੀ ਗਈ ਇਸ ਤਰ੍ਹਾਂ ਕਰਕੇ ਤੁਸੀਂ ਯਾਦ ਰੱਖ ਲੈਣਾ ਪਹਿਲਾ ਔਰ ਇਹਨਾਂ ਦਾ ਆਖਰੀ ਕਾਵ ਸੰਗ੍ਰਹਿ ਰਾਈਟ ਹੁਣ ਤੁਹਾਡੇ ਕੋਲੋਂ ਅਗਲਾ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਸੁਰਜੀਤ ਪਾਤਰ ਦਾ ਚੌੜਮਾ ਕਾਵ ਸੰਗ੍ਰਹਿ ਕਿਹੜਾ ਹੈ ਤਾਂ ਚੌੜਮਾ ਕਾਵ ਸੰਗ੍ਰਹਿ ਆਏਗਾ ਤੁਖ ਦਾ ਜੰਗਲ ਓਕੇ ਜੀ ਇਹ ਵੀ ਯਾਦ ਰੱਖ ਲੈਣਾ ਹੁਣ ਪੰਜਾਬ ਦੇ ਆਵਾਮ ਦੇ ਨਾਲ ਗੱਲ ਕੀਤੀ ਹੈ ਇਹਨਾਂ ਨੇ ਤੁਖ ਦਾ ਜੰਗਲ ਦੇ ਵਿੱਚ ਇਨਾਂ ਨੇ ਬੋਲਿਆ ਕਿ ਜਿਹੜੇ ਪੰਜਾਬ ਦੇ ਲੋਕ ਐ ਇੱਕ ਤਰ੍ਹਾਂ ਜੰਗਲ ਦੇ ਰੂਪ ਦੇ ਵਿੱਚ ਪੇਸ਼ ਕੀਤੇ ਗਏ ਐ ਇਸ ਕਵਿਤਾ ਦੇ ਵਿੱਚ ਓਕੇ ਨੈਕਸਟ ਐ ਸੂਰਜ ਮੰਦਰ ਦੀਆਂ ਪੋੜੀਆਂ ਇਹ ਇਹਨਾਂ ਦੀ ਵਾਰਤਕ ਪੁਸਤਕ ਐ ਠੀਕ ਐ ਜਿਸ ਦੇ ਵਿੱਚ ਇਹਨਾਂ ਦੇ ਲੇਖ ਛਪੇ ਹੋਏ ਐ ਇਹ ਵੀ ਬਹੁਤ ਮਹੱਤਵਪੂਰਨ ਰਹੇਗਾ ਯਾਦ ਰੱਖ ਲੈਣਾ ਇਸ ਤੋਂ ਬਾਅਦ ਇਹਨਾਂ ਦੀ ਨਜ਼ਮ ਕਿਹੜੀ ਐ ਸ਼ਬਦਾਂ ਦਾ ਜਾਦੂਗਰ ਤਾਂ ਇਹ ਤੁਸੀਂ ਸ਼ਬਦਾਂ ਦਾ ਜਾਦੂਗਰ ਬਾਰੇ ਮੈਂ ਤੁਹਾਨੂੰ ਇੱਕ ਸਟੋਰੀ ਦੱਸਦੀ ਆ ਇੱਕ ਵਾਰੀ ਕੀ ਹੋਇਆ ਏ ਗਏ ਕਿਸੇ ਇੰਟਰਨੈਸ਼ਨਲ ਲੈਵਲ ਦੇ ਉੱਪਰ ਕੋਈ ਕਵਿਤਾਵਾਂ ਦਾ ਜਾਂ ਕਾਵ ਦਾ ਉਸਤਵ ਸੌਰੀ ਉਤਸਵ ਚੱਲ ਰਿਹਾ ਸੀ ਸੌਰੀ ਰਾਈਟ ਕਾਵ ਉਤਸਵ ਇਸ ਦੇ ਵਿੱਚ ਗਏ ਸ਼ਿਰਕਤ ਕਰਨ ਲਈ ਸ਼ੈਰ ਦਾ ਨਾਮ ਸੀ ਮੀਦਨ ਓਕੇ ਔਰ ਇਹ ਕੋਲੰਬੀਆ ਦੇ ਵਿੱਚ ਪੈਂਦਾ ਹੈ ਇਹਨਾਂ ਦੀ ਲੰਮੀ ਦਾੜੀ ਸੀ ਪੱਗ ਬੰਨੀ ਹੋਈ ਸੀ ਤਾਂ ਉੱਥੇ ਇੱਕ ਸਪੈਨਿਸ਼ ਬੱਚਾ ਸੀਗਾ ਜਿਸ ਨੇ ਇਹਨਾਂ ਨੂੰ ਦੇਖਿਆ ਔਰ ਉਹਨੂੰ ਲੱਗਿਆ ਕਿ ਇਹ ਜਾਦੂਗਰ ਹੈ ਓਕੇ ਤਾਂ ਇਹਨਾਂ ਨੇ ਉਸੇ ਹੀ ਘਟਨਾ ਨੂੰ ਰਿਲੇਟ ਕਰਕੇ ਉਸੀ ਹੀ ਟਾਈਮ ਫੇਰ ਸ਼ਬਦਾਂ ਦਾ ਜਾਦੂਗਰ ਨਾਮ ਦੀ ਨਜ਼ਮ ਲਿਖੀ ਸੀ ਠੀਕ ਹੈ ਐਦਾ ਫਿਰ ਤੁਹਾਨੂੰ ਪੁੱਲੇਗੀ ਵੀ ਨਹੀਂ ਯਾਦ ਰਹਿ ਜਾਣੀ ਹੈ ਓਕੇ ਵੈਸੇ ਵੀ ਜਿਹਦੇ ਨਾਮ ਦੇ ਵਿੱਚ ਸ਼ੁਰੂ ਹੋਏਗਾ ਉਹ ਤਾਂ ਸ਼ਬਦਾਂ ਦਾ ਜਾਦੂਗਰ ਆਪਣੇ ਆਪ ਹੀ ਹੋਣਾ ਹੈ ਹੈਨਾ ਹੁਣ ਇਹਨਾਂ ਨੇ ਇੰਨੀਆਂ ਮਹੱਤਵਪੂਰਨ ਸਾਨੂੰ ਰਚਨਾਵਾਂ ਦਿੱਤੀਆਂ ਤਾਂ ਫਿਰ ਇਹਨਾਂ ਨੂੰ ਕੁਝ ਨਾ ਕੁਝ ਸਨਮਾਨ ਵੀ ਮਿਲੇ ਹੋਣਗੇ ਇਹ ਤਾਂ ਪੱਕਾ ਹੀ ਹੈ ਔਰ ਮੈਂ ਤੁਹਾਨੂੰ ਪਿਛਲੇ 2 ਸਾਲਾਂ ਦੇ ਪੇਪਰ ਦੇਖਣ ਨੂੰ ਕਿਹਾ ਸੀ ਅਗਰ ਤੁਸੀਂ ਦੇਖਿਆ ਤਾਨੂੰ ਪਤਾ ਚੱਲ ਹੀ ਗਿਆ ਹੋਵੇਗਾ ਕਿ ਜਿੰਨੀ ਵਾਰੀ ਵੀ ਪੇਪਰ ਆਇਆ ਹੈ ਪੰਜਾਬ ਦੇ ਮਾਸਟਰ ਕੇਡਰ ਦਾ ਠੀਕ ਹੈ ਹਰ ਵਾਰ ਪੰਜ ਤੋਂ ਲੈ ਕੇ 10 ਪ੍ਰਸ਼ਨ ਸਿਰਫ ਔਵਾਰਡਸ ਦੇ ਵਿੱਚੋਂ ਔਰ ਸਨਮਾਨ ਵਿੱਚੋਂ ਪੁੱਛੇ ਗਏ ਨੇ ਠੀਕ ਹੈ ਤਾਂ ਇਸ ਲਈ ਇਹ ਪੱਕਾ ਯਾਦ ਰੱਖਣਾ ਬਿਲਕੁਲ ਨਹੀਂ ਭੁੱਲਣਾ ਵੈਰੀ ਗੁੱਡ ਮੰਡੀ ਜੀ ਸਰੋਜੀ ਡੂਇੰਗ ਗੁੱਡ ਓਕੇ ਤਾਂ ਇਸ ਤੋਂ ਬਾਅਦ ਹੁਣ ਅਸੀਂ ਗੱਲ ਕਰ ਲੈਨੇ ਆ ਇਹਨਾਂ ਦੇ ਸਨਮਾਨਾਂ ਦੀ ਸਭ ਤੋਂ ਪਹਿਲਾ ਸਨਮਾਨ ਤਾਂ ਵੈਸੀ ਕਿਸੇ ਨੂੰ ਗਿਆਨਪੀਠ ਮਿਲਿਆ ਹੋਵੇ ਜਾਂ ਕਿਸੇ ਨੂੰ ਸਾਹਿਤ ਅਕਾਦਮੀ ਮਿਲਿਆ ਹੋਵੇ ਠੀਕ ਹੈ ਇਹ ਅਵਾਰਡ ਤਾਂ ਤੁਹਾਡੇ ਦਿਮਾਗ ਦੇ ਵਿੱਚ ਛਪੇ ਹੋਣੇ ਚਾਹੀਦੇ ਨੇ ਠੀਕ ਹੈ ਛੋਟੇ ਮੋਟੇ ਅਵਾਰਡ ਭੁੱਲ ਵੀ ਜਾਓਗੇ ਤਾਂ ਚੱਲ ਜੇਗਾ ਪਰ ਇਹ ਵਾਲੇ ਨਹੀਂ ਭੁੱਲਣੇ ਸਭ ਤੋਂ ਪਹਿਲਾਂ ਸਾਹਿਤ ਅਕਾਦਮੀ ਅਵਾਰਡ ਜਿਹੜਾ ਸੀ ਹੁਨੇ ਕੀਤਾ ਇਹ ਇਹਨਾਂ ਨੂੰ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਲਈ ਦਿੱਤਾ ਗਿਆ ਹੈਨਾ ਓਕੇ ਇੱਕ ਕਦੋਂ ਮਿਲਿਆ 1993 ਦੇ ਵਿੱਚ ਉਸ ਤੋਂ ਬਾਅਦ 1997 ਵਿੱਚ ਇਹਨਾਂ ਨੂੰ ਭਾਸ਼ਾ ਵਿਭਾਗ ਦੇ ਵੱਲੋਂ ਸ਼੍ਰੋਮਣੀ ਕਵੀ ਸਨਮਾਨਿਤ ਕੀਤਾ ਗਿਆ ਓਕੇ 1999 ਦੇ ਵਿੱਚ ਇਹਨਾਂ ਨੂੰ ਕਲਕੱਤਾ ਦੇ ਵਿੱਚ ਹੈਗੀ ਹੈ ਭਾਰਤੀ ਭਾਸ਼ਾ ਪਰਿਸ਼ਦ ਇਸ ਨੇ ਇਹਨਾਂ ਨੂੰ ਪੰਚਨਦ ਦਾ ਪੁਰਸਕਾਰ ਦਿੱਤਾ ਜਦੋਂ ਕਿਸੇ ਨੂੰ ਇੰਟਰਨੈਸ਼ਨਲ ਅਵਾਰਡ ਮਿਲੇ ਜਾਂ ਫਿਰ ਜਦੋਂ ਕਿਸੇ ਨੂੰ ਪੰਜਾਬ ਤੋਂ ਬਾਹਰਲੇ ਅਗਰ ਕੋਈ ਰਾਜ ਵੱਲੋਂ ਅਵਾਰਡ ਦਿੱਤਾ ਜਾਂਦਾ ਬਟ ਉਹ ਸਪੈਸੀਫਿਕਲੀ ਪੰਜਾਬੀ ਭਾਸ਼ਾ ਦਾ ਕਵੀ ਹੈ ਤਾ ਉਹ ਵਾਲੇ ਅਵਾਰਡ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿੰਦੇ ਆ ਯਾਦ ਰੱਖਣਾ ਓਕੇ ਜੀ ਠੀਕ ਹੈ ਪੰਚਨਦ ਹੋ ਗਿਆ ਇਸ ਤੋਂ ਬਾਅਦ ਬਿਰਲਾ ਫਾਊਂਡੇਸ਼ਨ ਇੱਕ ਅਵਾਰਡ ਦਿੰਦੀ ਹੁੰਦੀ ਹੈ ਸਰਸਵਤੀ ਸਨਮਾਨ ਹੈ ਨਾ ਤਾਂ ਇੱਥੇ ਤੁਹਾਨੂੰ ਵੈਸੇ ਇਹ ਪਤਾ ਵੀ ਹੋਣਾ ਚਾਹੀਦਾ ਕਿਉਂਕਿ ਤੁਸੀਂ ਪੰਜਾਬੀ ਦੇ ਟੀਚਰ ਲੱਗਣ ਵਾਲੇ ਹੋ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਸਰਸਵਤੀ ਸਨਮਾਨ ਕਿਹੜੀ ਫਾਊਂਡੇਸ਼ਨ ਦਿੰਦੀ ਹੈ ਤਾਂ ਇਹ ਬਿਰਲਾ ਫਾਊਂਡੇਸ਼ਨ ਵੱਲੋਂ ਦਿੱਤਾ ਜਾਂਦਾ ਆ ਇੱਕ ਕਿਤਲੇ ਮਿਲਿਆ ਲਫ਼ਜ਼ਾਂ ਦੀ ਦਰਗਾਹ ਦੇ ਲਈ ਠੀਕ ਹੈ 2009 ਦੇ ਵਿੱਚ ਦਿੱਤਾ ਗਿਆ ਪਰ ਇਹ ਕਿਤਾਬ ਛਪੀ ਕਦੋਂ ਸੀ 2003 ਵਿੱਚ ਯਾਨੀ ਛਪਣ ਤੋਂ 6 ਸਾਲ ਬਾਅਦ ਓਕੇ ਰਾਈਟ ਵੈਰੀ ਗੁੱਡ ਗੁਰਸ਼ਰਨ ਜੀ ਸਹੀ ਹੈ ਇਹਨਾਂ ਨੂੰ ਭਾਰਤ ਸਰਕਾਰ ਦੇ ਵੱਲੋਂ ਹੁਣ ਪਦਮ ਸ਼੍ਰੀ ਵੀ ਮਿਲਿਆ ਇੱਕ ਹੋਰ ਇੰਪੋਰਟੈਂਟ ਚੀਜ਼ ਪਦਮ ਭੂਸ਼ਣ ਪਦਮ ਵਿਭੂਸ਼ਣ ਪਦਮ ਸ਼੍ਰੀ ਇਹਨਾਂ ਵਿੱਚੋਂ ਕਿਸੇ ਵੀ ਪੰਜਾਬੀ ਕਵੀ ਨੂੰ ਕੁਝ ਵੀ ਮਿਲਿਆ ਹੋਇਆ ਹੈ ਇਹ ਵੀ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਠੀਕ ਹੈ ਤਾਂ ਇਹਨਾਂ ਨੂੰ ਪਦਮਸ਼ਰੀ 2012 ਵਿੱਚ ਦਿੱਤਾ ਗਿਆ ਹੁਣ ਇੱਥੇ ਤੁਹਾਡੇ ਸਾਰਿਆਂ ਲਈ ਇੱਕ ਕੁਐਸਚਨ ਹੈ ਮੈਨੂੰ ਆਨਸਰ ਕਰਨਾ ਕਿ ਜਿੰਨੇ ਵੀ ਅਸੀਂ ਕਵੀ ਹੁਣ ਤੱਕ ਕਰ ਚੁੱਕੇ ਹਾਂ ਉਹਨਾਂ ਦੇ ਵਿੱਚੋਂ ਕਿੰਨਾਂ ਨੂੰ ਪਦਮਸ਼ਰੀ ਅਵਾਰਡ ਮਿਲ ਚੁੱਕਿਆ ਓਕੇ ਇਸ ਦਾ ਤੁਸੀਂ ਆਨਸਰ ਕਰਨਾ ਤਦ ਤੱਕ ਮੈਂ ਅੱਗੇ ਚਲਦੀ ਹਾਂ 2012 ਦੇ ਵਿੱਚ ਇਹਨਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਡਾਕਟਰ ਆਫ ਫਲਸਫੀ ਆਨਰਸ ਕਾਜ਼ ਆਨਰੇਰੀ ਦੀ ਉਪਾਦੀ ਦਿੱਤੀ ਸੀ ਠੀਕ ਹੈ ਔਰ ਐਦਾਂ ਦੀਆਂ ਜਿਹੜੀਆਂ ਆਨਰੇਰੀ ਡਿਗਰੀਜ਼ ਆਨਰੇਰੀ ਉਪਾਦੀ ਹੁੰਦੀਆਂ ਆ ਇਹ ਉਹਨਾਂ ਪਰਸਨ ਨੂੰ ਦਿੱਤੀਆਂ ਜਾਂਦੀਆਂ ਜਿਨ੍ਹਾਂ ਨੇ ਸਾਹਿਤ ਦੇ ਫੀਲਡ ਦੇ ਵਿੱਚ ਬਹੁਤ ਚੰਗਾ ਕੰਮ ਕੀਤਾ ਹੋਵੇ ਓਕੇ ਹੁਣ ਅਸੀਂ ਦੇਖ ਲੈਣੇ ਆ ਕਿ surjit patar ਨੇ ਜਿੰਨੀਆਂ ਵੀ ਆਪਣੀਆਂ ਰਚਨਾਵਾਂ ਕੀਤੀਆਂ ਹੈਨਾ ਇਹ ਸਾਰੀਆਂ ਰਚਨਾਵਾਂ ਵੈਰੀ ਗੁੱਡ ਅਮ੍ਰਿਤਾ ਪ੍ਰੀਤਮ ਇਜ਼ ਦਾ ਰਾਈਟ ਆਨਸਰ ਹਰਜੀਤ ਜੀ ਗੁੱਡ ਵਨ ਜਿੰਨੀਆਂ ਵੀ ਇਹਨਾਂ ਨੇ ਰਚਨਾਵਾਂ ਕੀਤੀਆਂ ਉਸ ਦੇ ਵਿੱਚ ਉਹ ਕਿਹੜੇ ਵਿਸ਼ੇ ਇਹਨਾਂ ਨੇ ਛੂਏ ਆ ਓਕੇ ਵੈਰੀ ਗੁੱਡ ਮਿਨਾਕਸ਼ੀ ਜੀ ਰਾਜਵੀਰ ਜੀ ਹਾਂਜੀ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਇਹਨਾਂ ਦੀਆਂ ਰਚਨਾਵਾਂ ਵਿੱਚ ਦਿਖਾਇਆ ਗਿਆ ਹੈ ਕਿ ਅੱਜ ਦੀ ਡੇਟ ਦੇ ਵਿੱਚ ਜਿਹੜਾ ਇਨਸਾਨ ਹੈ ਉਹ ਭਟਕ ਚੁੱਕਿਆ ਵੈ ਦੇਖੋ ਇਹਨਾਂ ਨੇ ਉਸ ਟਾਈਮ ਹੀ ਦੱਸ ਦਿੱਤਾ ਸੀ ਰਾਈਟ ਬਟ ਜੇ ਤੁਸੀਂ ਅੱਜ ਦੇਖੋਗੇ ਸਾਨੂੰ ਲੱਗੇਗਾ ਕਿ ਇਹ ਰਚਨਾਵਾਂ ਜਿਵੇਂ ਸਾਡੇ ਵਾਸਤੇ ਲਿਖੀਆਂ ਗਈਆਂ ਕਿਉਂਕਿ ਇਹਨਾਂ ਨੇ ਦਿਖਾਇਆ ਹੈ ਕਿ ਆਧੁਨਿਕ ਸਮਾਜ ਦੇ ਵਿੱਚ ਮਨੁੱਖ ਬਹੁਤ ਜ਼ਿਆਦਾ ਭਟਕ ਚੁੱਕਿਆ ਆ ਠੀਕ ਹੈ ਔਰ ਐਸੇ ਕਰਕੇ ਉਹ ਪੀੜਾ ਦੇ ਵਿੱਚੋਂ ਵੀ ਨਿਕਲ ਰਿਹਾ ਉਹਨੂੰ ਦਰਦ ਦਾ ਅਹਿਸਾਸ ਵੀ ਹੋ ਰਿਹਾ ਠੀਕ ਹੈ ਤੇ ਐਸੇ ਭਟਕੇ ਹੋਏ ਮਨੁੱਖ ਦੀ ਪੀੜਾ ਨੂੰ ਇਹਨਾਂ ਨੇ ਦਿਖਾਇਆ ਆਪਣੀਆਂ ਰਚਨਾਵਾਂ ਦੇ ਵਿੱਚ ਓਕੇ ਤੇ ਕੁਝ ਕਿਤਾਬਾਂ ਐਵੇਂ ਦੀਆਂ ਜਿਦੇ ਵਿੱਚ ਇਹਨਾਂ ਨੇ ਪਿਛਲੇ 20 ਸਾਲਾਂ ਦੇ ਵਿੱਚ ਜਿਹੜਾ ਵੀ ਰਾਸ਼ਟਰੀ ਮਾਹੌਲ ਹੋਇਆ ਠੀਕ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਜੜੀਆਂ ਘਟਨਾਵਾਂ ਹੋਈਆਂ ਜਿਸ ਤਰ੍ਹਾਂ ਸਾਡੇ ਇੱਥੇ ਦੀ ਰਾਜਨੀਤੀ 'ਚ ਕਿੰਨਾ ਭ੍ਰਸ਼ਟਾਚਾਰ ਹੈ ਸਾਡੇ ਇੱਥੇ ਦੀ ਆਰਥਿਕ ਹਾਲਤ ਕਿੰਨੀ ਮੰਦੀ ਹੋ ਗਈ ਹੈ ਇੱਥੇ ਸਮਾਜਿਕ ਸੰਕਟ ਕਿੰਨਾ ਹੈ ਪਹਿਲਾਂ ਦੀ ਤਰ੍ਹਾਂ ਲੋਕ ਇੱਕ ਦੂਸਰੇ ਨੂੰ ਪਿਆਰ ਨਹੀਂ ਕਰਦੇ ਹੈਨਾ ਇਹ ਸਾਰਾ ਦਾ ਸਾਰਾ ਕੁਝ ਵੀ ਇਹਨਾਂ ਨੇ ਦਿਖਾਇਆ ਆਪਣੀਆਂ ਕਵਿਤਾਵਾਂ ਦੇ ਵਿੱਚ ਆਪਣੀਆਂ ਰਚਨਾਵਾਂ ਵਿੱਚ ਠੀਕ ਹੈ ਪਰ ਇਸ ਦੇ ਨਾਲ ਨਾਲ ਇਹਨਾਂ ਨੇ ਇੱਕ ਚੀਜ਼ ਹੋਰ ਦਿਖਾਈ ਹੈ ਦੇਖੋ ਤੁਹਾਨੂੰ ਪਤਾ ਚੱਲ ਰਿਹਾ ਹੋਵੇਗਾ ਕਿ ਇਹ ਰਾਜਨੀਤੀ ਤੋਂ ਬਿਲਕੁਲ ਨਹੀਂ ਡਰਦੇ ਠੀਕ ਹੈ ਇਹਨਾਂ ਨੇ ਲੋਕਾਂ ਦੇ ਵਿਰੋਧ ਦੇ ਵਿੱਚ ਜਿਹੜੀ ਰਾਜਨੀਤੀ ਹੈ ਉਸ ਦੇ ਉੱਪਰ ਫਸਾ ਫ ਵਿਅੰਗ ਕਸਿਆ ਇਹਨਾਂ ਨੂੰ ਕੋਈ ਮਤਲਬ ਨਹੀਂ ਕਿ ਕਿਸੇ ਨੇਤਾ ਨੂੰ ਬੁਰਾ ਲੱਗੇਗਾ ਜਾਂ ਸਰਕਾਰ ਨੂੰ ਇਹਨਾਂ ਨੇ ਸਰਕਾਰ ਦੇ ਉੱਪਰ ਵਿਅੰਗ ਦਿਖਾਏ ਨੇ ਠੀਕ ਹੈ ਔਰ ਇਹ ਵਿਅੰਗ ਅਸੀਂ ਅੱਗੇ ਦੇਖ ਲੈਣੇ ਆ ਠੀਕ ਹੈ ਔਰ ਐਸ ਵਿਅੰਗ ਦੇ ਵਿੱਚ ਤੁਸੀਂ ਨਾਲ ਹੀ ਦੇਖ ਲੋਗੇ ਕਿ ਲੇਖਕਾਂ ਦੀ ਹਾਲਤ ਨੂੰ ਵੀ ਇਹਨਾਂ ਨੇ ਦਿਖਾਇਆ ਹੈ ਕਿਉਂਕਿ ਇਹ ਬੋਲਦੇ ਆ ਕਿ ਉਸ ਟਾਈਮ ਦੇ ਉੱਪਰ ਸਰਕਾਰਾਂ ਇੰਨੀਆਂ ਜ਼ਿਆਦਾ ਉੱਪਰ ਸੀ ਕਿ ਜਿਹੜੇ ਲੇਖਕ ਹੈ ਉਹ ਆਪਣੀ ਮਰਜ਼ੀ ਦੇ ਨਾਲ ਕੁਝ ਲਿਖੀ ਨਹੀਂ ਸਕਦੇ ਸੀ ਠੀਕ ਹੈ ਉਹਨਾਂ ਦੀ ਹਾਲਤ ਫਿਰ ਬੜੀ ਤਰਸਯੋਗ ਸੀ ਓਕੇ ਤੇ ਖੁੱਲ ਕੇ ਲਿਖਣ ਦੇ ਵਿੱਚ ਇਹਨਾਂ ਨੂੰ ਕਾਫੀ ਔਂਕੜਾਂ ਆਉਂਦੀਆਂ ਇਹ ਵਾਲੀਆਂ 17 ਤੁਸੀਂ ਸਾਰਿਆਂ ਨੇ ਸੁਨੀਆਂ ਹੋਣਗੀਆਂ ਔਰ ਪੇਪਰ ਵਿੱਚ ਪੁੱਛੀਆਂ ਜਾ ਸਕਦੀਆਂ ਕਿ ਇਹ ਕਿੰਨਾ ਦੀਆਂ ਲਾਈਨਾਂ ਆ ਤਾਂ ਤੁਸੀਂ ਯਾਦ ਰੱਖਣਾ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਓਕੇ ਇਹਦੇ ਵਿੱਚ ਪਤਾ ਚੱਲ ਰਿਹਾ ਨਾ ਕਿ ਕਵੀ ਬੋਲ ਰਿਹਾ ਕਿ ਅਸੀਂ ਬੋਲਣਾ ਚਾਹੁੰਦੇ ਆ ਪਰ ਜੇ ਬੋਲਾਂਗੇ ਤਾਂ ਹਨੇਰੇ ਦੇ ਸੌਦਾਗਰ ਸਾਡੇ ਅਗੇਂਸਟ ਹੋ ਜਾਣਗੇ ਜੇਸੀਂ ਚੁੱਪ ਰਵਾਂਗੇ ਤਾਂ ਸਾਡੇ ਅੰਦਰ ਜੋ ਅੱਗ ਹੈਗੀ ਹੈ ਸਾਡੀ ਅੰਤਰ ਆਤਮਾ ਜੋ ਹੈ ਇਹ ਸਾਨੂੰ ਫੇਰ ਹਮੇਸ਼ਾ ਫਟਕਾਰਦੀ ਰਹੇਗੀ ਤਾਂ ਦੋਨੋਂ ਪਾਸੇ ਤੋਂ ਹੀ ਜਿਹੜੇ ਲੇਖਕ ਹੈ ਉਹਨਾਂ ਦੀ ਹਾਲਤ ਬੜੀ ਤਰਸਯੋਗ ਸੀਗੀ ਓਕੇ ਇਹ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ 올 ਰਾਈਟ ਇਸ ਤੋਂ ਬਾਅਦ ਅੱਗੇ ਵੀ ਦੇਖ ਲਓ ਤੁਸੀਂ ਦੋ ਹੋਰ ਰਚਨਾਵਾਂ ਇਹ ਮੈਂ ਉਹ ਰਚਨਾਵਾਂ ਸ਼ਾਮਿਲ ਕੀਤੀਆਂ ਆ ਜਿਸ ਦੇ ਵਿੱਚੋਂ ਦੇ ਪ੍ਰਸ਼ਨ ਪੁੱਛੇ ਗਏ ਆ ਨੈੱਟ ਦੇ ਵਿੱਚ ओके ਤਾਂ ਤੁਹਾਨੂੰ ਪਤਾ ਹੈ ਕਿ ਅੱਜ ਨੈੱਟ ਦੇ ਵਿੱਚ ਪੁੱਛੇ ਗਏ ਸੀ ਤਾਂ ਹੁਣ ਇਹ ਵਾਲੇ ਪ੍ਰਸ਼ਨ ਫਿਰ ਮਾਸਟਰ ਕਾਰਡਰ ਦੇ ਵਿੱਚ ਵੀ ਆ ਸਕਦੇ ਆ ਓਕੇ ਤੇਰਾ ਨਾਮ ਵੀ ਰੱਖਾਂਗੇ ਤੇਰੀ ਛਾਤੀ ਤੇ ਵੀ ਖੰਜਰ ਦਾ ਤਗਮਾ ਧਰ ਦੇਾਂਗੇ ਜੀਣ ਜੋਗਾ ਤਾਂ ਹੋ ਤੇਰੀ ਵੀ ਹੱਤਿਆ ਕਰ ਦੇਾਂਗੇ ਦੂਸਰਾ ਸੀਟੀ ਮਾਰੀ ਚੋਰ ਤੋਂ ਪੁੱਛ ਕੇ ਪਹਿਰੇਦਾਰ ਇੱਥੋਂ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਚੱਲਿਆ ਹੋਵੇਗਾ ਕਿ ਇਹਨਾਂ ਨੇ ਕਿੰਨੇ ਵਿੰਗਾਤਮਕ ਤਰੀਕੇ ਦੇ ਨਾਲ ਚੋਟ ਕੀਤੀ ਹੈ ओके ਦੋਹਾਂ ਨੂੰ ਹੀ ਰੱਖਿਆ ਹੈ ਵੱਡੀ ਸਰਕਾਰ ਨੇ ਐਦੇ ਵਿੱਚ ਉਹਨੇ ਕੀ ਦਿਖਾ ਰਿਆ ਕਿ ਜਦੋਂ ਵੀ ਉਹ ਸਿਟੀ ਮਾਰਨਾ ਚਾਹੁੰਦਾ ਹੈ ਆ ਪਹਿਰੇਦਾਰ ਠੀਕ ਹੈ ਤਾਂ ਪਹਿਲਾਂ ਉਹ ਚੋਰ ਨੂੰ ਪੁੱਛ ਰਿਹਾ ਕਿ ਮੈਂ ਸਿਟੀ ਮਾਰ ਦਿਆਂ ਅਗਰ ਚੋਰ ਨੂੰ ਲੱਗਦਾ ਹਾਂਜੀ ਹਾਂਜੀ ਮੇਰੀ ਚੋਰੀ ਹੋ ਚੁੱਕੀ ਆ ਆਣ ਦੋ ਕੋਈ ਟੈਂਸ਼ਨ ਨਹੀਂ ਤਾਂ ਫੇਰ ਇਹ ਸਿਟੀ ਮਾਰਦਾ ਠੀਕ ਹੈ ਆਦਰਵਾਇਸ ਪਹਿਰੇਦਾਰ ਵੀ ਨਹੀਂ ਮਾਰ ਰਿਹਾ ਕਿਉਂਕਿ ਜੀ ਇਹ ਚੋਰ ਤੇ ਪੁਲਿਸ ਮੋਸੇਰੇ ਭਾਈ ਨੇ ਠੀਕ ਹੈ ਇਹਨਾਂ ਨੂੰ ਕਿੰਨੇ ਰੱਖਿਆ ਆ ਵੱਡੀ ਸਰਕਾਰ ਨੇ ਰੱਖਿਆ ਠੀਕ ਹੈ ਇਹ ਯਾਦ ਰੱਖਣਾ 올 ਰਾਈਟ ਅੱਗੇ ਚੱਲਦੇ ਆ ਹੁਣ ਅੱਗੇ ਦੇਖਣਾ ਜਿਹੜੀਆਂ ਅਸੀਂ ਹੁਨੇ-ਹੁਨੇ ਰਚਨਾਵਾਂ ਪੜੀਆਂ ਇਸ ਤੋਂ ਸਾਨੂੰ ਸਾਫ਼-ਸਾਫ਼ ਪਤਾ ਚੱਲ ਗਿਆ ਕਿ ਇਹਦੇ ਵਿੱਚ ਇਹਨਾਂ ਨੇ ਵਿਅੰਗ ਔਰ ਕਟਾਕਸ਼ ਦਾ ਸੁਰ ਬਹੁਤ ਜ਼ਿਆਦਾ ਬਲਵਾਨ ਦਿਖਾਇਆ ਹੈ ਹੈਨਾ ਨਾਲ ਦੇ ਨਾਲ ਇਹਨਾਂ ਨੇ ਇਤਿਹਾਸਿਕ ਔਰ ਮਿਥਿਹਾਸਿਕ ਦੋਨੋਂ ਹੀ ਹਵਾਲੇ ਦਿੱਤੇ ਆ ਇੱਥੇ ਤੁਹਾਡੇ ਲਈ ਇੱਕ ਪ੍ਰਸ਼ਨ ਹੈ ਉਸ ਪਰਸਨ ਦਾ ਨਾਮ ਦੱਸੋ ਉਸ ਰਾਈਟਰ ਦਾ ਨਾਮ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਹਿੰਦੂ ਮਿਥਿਹਾਸ ਨੂੰ ਜੋ ਹੈ ਟੌਪਿਕ ਬਣਾਇਆ ਸੀ ਠੀਕ ਹੈ ਮੇਨਲੀ ਉਹਨਦੇ ਬਾਰੇ ਗੱਲ ਕੀਤੀ ਸੀ ਜਦੋਂ ਤੁਸੀਂ ਸੁਰਜੀਤ ਪਾਤਰ ਦੀ ਬੋਲੀ ਦੇਖੋਗੇ ਅਸੀਂ ਪਿੱਛੇ ਹੁਣ ਤਿੰਨ ਕਵਿਤਾਵਾਂ ਪੜ੍ਹ ਕੇ ਰੱਖੀਆਂ ਹੈ ਨਾ ਸਾਨੂੰ ਪੜਦਿਆਂ ਹੀ ਇੱਕ ਸੈਕਿੰਡ ਦੇ ਅੰਦਰ ਪਤਾ ਚੱਲ ਗਿਆ ਕਿ ਐਂ ਦੇ ਵਿੱਚ ਕਵੀ ਕਹਿਣਾ ਕੀ ਚਾਹੁੰਦਾ ਹੈ ਯਾਨੀ ਇਹਨਾਂ ਨੇ ਇੰਨੀ ਜ਼ਿਆਦਾ ਆਮ ਔਰ ਸਿੰਪਲ ਭਾਸ਼ਾ ਵਰਤੀ ਹੈ ਰਾਈਟ ਤਾਂ ਇਹਨਾਂ ਦੀ ਜਿਹੜੀ ਬੋਲੀ ਹੈ ਬਿਲਕੁਲ ਠੇਠ ਵਾਲੀ ਪੰਜਾਬੀ ਹੈ ਲੋਕ ਬੋਲੀ ਵੀ ਕਹੀ ਜਾ ਸਕਦੀ ਹੈ ਜਿਸ ਦੇ ਵਿੱਚ ਇਹਨਾਂ ਨੇ ਆਪਣੀਆਂ ਕਵਿਤਾਵਾਂ ਨੂੰ ਲਿਖਿਆ ਠੀਕ ਹੈ ਸ਼ੈਲੀ ਇਹਨਾਂ ਦੀ ਪੁੱਛੀ ਜਾ ਸਕਦੀ ਹੈ ਇਹਨਾਂ ਨੇ ਬੋਧਿਕ ਔਰ ਸਾਹਿਤਿਕ ਸ਼ੈਲੀ ਦੀ ਵਰਤੋਂ ਕੀਤੀ ਹੈ ਹੁਣ ਅੱਜ ਅਸੀਂ ਪੜ ਰਹੇ ਹਾਂ surjit patar ਆਪਣੇ ਨਾਮ ਦੇ ਨਾਲ ਕੀ ਲਗਾਉਂਦੇ ਹੁੰਦੇ ਸੀ ਰਾਈਟ ਇਹ ਅੱਜ ਦੀ ਡੇਟ ਦੇ ਵਿੱਚ ਤਾਂ ਪਾਤਰ ਹੈ ਪਰ ਪਹਿਲਾਂ ਇਹ ਤਖੱਲਸ ਕਿਹੜਾ ਵਰਤਦੇ ਸੀ ਜੀ ਪੱਤੜ ਓਕੇ ਇਹ ਵੀ ਨਾਲ ਦੇ ਨਾਲ ਹੀ ਯਾਦ ਰੱਖ ਲੈਣਾ রাইਟ ਓਕੇ ਹੁਣ ਪੱਤੜ ਸ਼ਬਦ ਇਹਨਾਂ ਦੇ ਕਿੱਥੋਂ ਆਇਆ ਜੀ ਪਿੰਡ ਤੋਂ ਆਇਆ ਹੈ ਹੈਨਾ ਪਰ ਬਾਦ ਦੇ ਵਿੱਚ ਇਹਨਾਂ ਦੇ ਇੱਕ ਗੁਰੂ ਹੁੰਦੇ ਸੀ ਇਹਨਾਂ ਦੇ ਅਧਿਆਪਕ ਹੁੰਦੇ ਸੀ ਜਿਨ੍ਹਾਂ ਦਾ ਨਾਮ ਸੀ ਸੁਰਜੀਤ ਸਿੰਘ ਸੇਠੀ ਉਹ ਆਪ ਵੀ ਬਹੁਤ ਅੱਛੇ ਨਾਟਕ ਕਰ ਰਹੇ ਨੇ ਠੀਕ ਹੈ ਇਹਨਾਂ ਦੇ ਕਹਿਣ ਦੇ ਉੱਪਰ ਹੀ ਫੇਰ ਸੁਰਜੀਤ ਪਾਤਰ ਨੇ ਪੱਤੜ ਨੂੰ ਛੱਡ ਦਿੱਤਾ ਠੀਕ ਹੈ ਔਰ ਪਾਤਰ ਸ਼ਬਦ ਯੂਜ਼ ਕਰਨ ਲੱਗੇ ਵੈਰੀ ਗੁੱਡ ਮੰਡੀ ਜੀ ਤੁਸੀਂ ਅੱਛੀ ਤਿਆਰੀ ਕਰਕੇ ਆਏ ਹੋ ਓ 댓 இஸ் ਗੁੱਡ 올 ਰਾਈਟ ਤਾਹੋਂ ਨਿਸ ਤੋਂ ਬਾਤ ਕੀਏ ਜੀ ਫਿਰ ਇਹਨਾਂ ਨੇ ਆਪਣਾ ਪਾਤਰ ਸ਼ਬਦ ਜੋ ਹੈ ਇਹ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਉਪਨਾਮ ਦੇ ਵਜੋਂ ਓਕੇ ਗ੍ਰੇਟ ਮਿਨਾਕਸ਼ੀ ਜੀ ਐਂਡ ਹਰਜੀਤ ਜੀ ਰਾਈਟ ਆਂਸਰ ਓਕੇ ਹੁਣ ਤੁਹਾਡੇ ਕੋਲ ਪੁੱਛਿਆ ਜਾ ਸਕਦਾ ਹੈ ਕਿ ਸੁਰਜੀਤ ਪਾਤਰ ਕਿੰਵੇਂ ਦੌਰ ਦੇ ਕਵੀ ਹੈ ਤੁਸੀਂ ਨਾ ਸਾਰੇ ਦੌਰ ਦੇ ਕਵੀਆਂ ਦੀ ਆਪਣੇ ਰਜਿਸਟਰ ਦੇ ਵਿੱਚ ਨਾ ਇੱਕ ਲਿਸਟ ਬਣਾ ਲੈਣਾ ਠੀਕ ਹੈ ਪਹਿਲੇ ਦੌਰ ਦੇ ਦੂਜੇ ਦੌਰ ਦੇ ਤੀਜੇ ਦੌਰ ਦੇ ਇਸ ਤਰ੍ਹਾਂ ਓਕੇ ਇਹਨਾਂ ਨੂੰ ਪੇਪਰ ਵਿੱਚ ਜਾਣ ਤੋਂ ਪਹਿਲਾਂ ਇੱਕ ਵਾਰ ਨਜ਼ਰ ਜ਼ਰੂਰ ਮਾਰ ਲੈਣੀ ਹੈ ਮਾਸਟਰ ਕੇਡਰ ਵਾਲੇ ਐਦਾਂ ਦੇ ਪ੍ਰਸ਼ਨ ਵੀ ਬੜੇ ਪੁੱਛਦੇ ਨੇ ਓਕੇ ਯੈਸ ਵੈਰੀ ਗੁੱਡ ਜਸਵੀਰ ਜੀ ਜਸਪ੍ਰੀਤ ਜੀ ਰਾਜਵੀਰ ਜੀ ਗੁਰਸ਼ਰਨ ਜੀ ਬਿਲਕੁਲ ਸਹੀ ਹੈ ਓਕੇ ਤਾਂ surjit patar ਹੁੰਨੇ ਹੀ ਤੀਜੇ ਦੌਰ ਦੇ ਕਵੀ ਨੇ ਠੀਕ ਹੈ ਪ੍ਰਸ਼ਨ ਆਏਗਾ ਕਿ surjit patar ਨੂੰ ਕਿਹਨਾਂ ਨੇ ਸੰਵੇਦਨਸ਼ੀਲ ਔਰ ਚੇਤਨ ਕਵੀ ਕਿਹਾ ਤਾਂ ਇਹ ਕਿਹਾ ਗਿਆ ਬਲਜੀਤ ਕੋਰ ਵੱਲੋਂ ਔਰ ਡਾਕਟਰ ٹی ڈی ਜੋਸ਼ੀ ਵੱਲੋਂ ਓਕੇ ਦੋਨਾਂ ਦੇ ਹੀ ਨਾਮ ਯਾਦ ਰੱਖੋਗੇ ਔਰ ਪ੍ਰੋਫੈਸਰ ਮੋਹਨ ਸਿੰਘ ਦੀ ਇਹ ਵਾਲੀ ਕੋਟ ਪਹਿਲਾਂ ਵੀ ਪੇਪਰ ਵਿੱਚ ਆ ਚੁੱਕੀ ਹੈ ਠੀਕ ਹੈ ਤਾਂ ਇਹ ਇੰਪੋਰਟੈਂਟ ਰਹੇਗੀ ਕਿਹੜੀ ਹੈ ਜੀ ਇਹਨਾਂ ਨੇ ਬੋਲਿਆ ਸੀ ਕਿ ਮੇਰੇ ਜਾਨ ਮਗਰੋਂ ਪਾਤਰ ਪੰਜਾਬੀ ਕਾਵਦੀ ਮਸ਼ਾਲ ਜਗਾ ਕੇ ਰੱਖੇਗਾ ਓਕੇ ਵੈਸੇ ਵੀ ਬੜੀ ਪਿਆਰੀ ਜੀ ਕੋਟ ਲੱਗਦੀ ਹੈ ਹੈਨਾ ਤਾਂ ਯਾਦ ਰੱਖਣਾ ਇਹ ਪ੍ਰੋਫੈਸਰ ਮੋਹਨ ਸਿੰਘ ਨੇ ਸੁਰਜੀਤ ਪਾਤਰ ਜੀ ਦੇ ਲਈ ਕਿਹਾ ਸੀ ਓਕੇ ਨੈਕਸਟ ਹੈ ਪਾਤਰ ਕਵੀਆਂ ਨੂੰ ਕੀ ਕਰਨ ਲਈ ਪ੍ਰੇਰਦਾ ਹੈ ਇਹ ਇਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਹੁਣ ਐਵੇਂ ਦੀਆਂ ਗੱਲਾਂ ਲਿਖਨੀਆਂ ਬੰਦ ਕਰੋ ਜਿਸ ਦੇ ਨਾਲ ਤੁਸੀਂ ਦੂਜਿਆਂ ਨੂੰ ਸਿਰਫ ਖੁਸ਼ ਕਰ ਸਕਦੇ ਹੋ ਤੁਸੀਂ ਅਸਲੀਅਤ ਲਿਖਣੀ ਸ਼ੁਰੂ ਕਰੋ ਯਥਾਰਥ ਦਿਖਾਓ ਕਰਮ ਸ਼ੀਲ ਹੋਵੋ ਠੀਕ ਹੈ ਉਸ ਤੋਂ ਬਾਅਦ ਇਹਨਾਂ ਦੀ ਵਾਰਤਕ ਪੁਸਤਕ ਇਹ ਅਸੀਂ ਸਟਾਰਟਿੰਗ ਸਟਾਰਟਿੰਗ ਵਿੱਚ ਹੀ ਕਰ ਲਈ ਸੂਰਜ ਮੰਦਰ ਦੀਆਂ ਪੌੜੀਆਂ ਇਹਨਾਂ ਦੀ ਵਾਰਤਕ ਪੁਸਤਕ ਹੈ ਓਕੇ ਜੇ ਤੁਹਾਡੇ ਕੋਲ ਇਹਨਾਂ ਦੀ ਰਚਨਾ ਦਾ ਸੁਭਾਅ ਪੁੱਛਿਆ ਜਾਏ ਉਹ ਹੈਗਾ ਪ੍ਰਗੀਤਕ ਔਰ ਜ਼ਿਆਦਾਤਰ ਤੁਸੀਂ ਨਾ ਕਵੀ ਦੇਖੋਗੇ ਆਧੁਨਿਕ ਕਵੀ ਜ਼ਿਆਦਾਤਰ ਇਹ ਪ੍ਰਗਤੀਵਾਦੀ ਹੋਣਗੇ ਠੀਕ ਹੈ ਇਹ ਵੀ ਤੁਸੀਂ ਯਾਦ ਰੱਖ ਲੈਣਾ ਓਕੇ ਅੱਗੇ ਹੁਣ ਇਹਨਾਂ ਨੇ ਅਨੁਵਾਦ ਵੀ ਕੀਤੇ ਆ ਯਾਨੀ ਕਿ ਦੂਸਰੀਆਂ ਪਸ਼ਾਵਾਂ ਦੀਆਂ ਜਿਹੜੀਆਂ ਰਚਨਾਵਾਂ ਸੀ ਉਹਨਾਂ ਨੂੰ ਇਹਨਾਂ ਨੇ ਪੰਜਾਬੀ ਦੇ ਵਿੱਚ ਅਨੁਵਾਦਿਤ ਕੀਤਾ ਠੀਕ ਹੈ ਜੀ ਓਕੇ ਫਿਰ ਕੀ ਆਨਸਰ ਹੋਏਗਾ ਅੱਗ ਦੇ ਲਕੀਰੇ ओके ਇਹ ਦੋਨੋਂ ਚੀਜ਼ਾਂ ਹੀ ਤੁਸੀਂ ਯਾਦ ਰੱਖਣੀਆਂ ओके ਅੱਗੇ ਦੇਖੋ ਜੀ ਅ ਕੀ ਸੈਸ਼ਨ ਬੰਤਾ ਨਹੀਂ ਹੋ ਗਿਆ ਇੱਕ ਵਾਰੀ ਮੈਨੂੰ ਪਲੀਜ਼ ਮੈਸੇਜ ਕਰ ਦੇਣਾ ਠੀਕ ਹੈ ਚੱਲ ਰਿਹਾ ਨਾ ओके ਅਗਲਾ ਯਰਮਾ ਯਰਮਾ ਨੂੰ ਇਹਨਾਂ ਨੇ ਸਯੋ ਨੀਮੈਂ ਅੰਤਹੀਨ ਤਰ ਕਾਲਾਂ ਸਿਰਲੇਖ ਦੇ ਹੇਠ ਛਾਪਿਆ ओके ਯਰਮਾ ਦੇ ਵਿੱਚੋਂ ਸਾਊਂਡ ਆ ਰਹੀ ਹੈ ਯਾਰ ਵਰਗੀ ਠੀਕ ਹੈ ਤੇ ਕੁੜੀਆਂ ਨੂੰ ਸਈਓ ਕਿਆ ਜਾਂਦਾ ਜਿਹੜੀਆਂ ਤੁਹਾਡੀਆਂ ਫਰੈਂਡਸ ਹੁੰਦੀਆਂ ਹਨਾ ਦੋਸਤੀ ਹੋਗੇ ਯਾਰ ਵੀ ਦੋਸਤ ਹੋਗੇ ਤਾਂ ਇਹਨਾਂ ਦੋਨਾਂ ਨੂੰ ਰਿਲੇਟ ਕਰ ਲੋ ਠੀਕ ਹੈ ਯਰਮਾ ਇਹ ਹੈ ਸਈਓ ਨੀ ਮੈਂ ਅੰਤਹੀਨ ਤਰਕਾਲਾਂ ਓਕੇ ਜੀ ਇਹ ਦੋ ਹੋਗੇ ਦਿਲਬਾ ਇਹ ਹੁਕਮ ਦੀ ਹਵੇਲੀ ਦਾ ਆ ਠੀਕ ਹੈ ਨੈਕਸਟ ਇਹਨਾਂ ਨੇ ਇੱਕ ਨਾਟਕ ਵੀ ਸੀ 나ਗ ਮੰਡਲ ਔਰ ਇਹ 나ਗ ਮੰਡਲ ਗਰੀਸ਼ ਕਰਨਾਟ ਦਾ ਨਾਟਕ ਸੀਗਾ ਇਨ ਨੂੰ ਵੀ ਇਹਨਾਂ ਨੇ ਅਨੁਵਾਦਿਤ ਕੀਤਾ ਸੀ ਕੁਲਵਿੰਦਰ ਜੀ ਇੱਕ ਵਾਰੀ ਦੁਬਾਰਾ ਤੋਂ ਜੁਆਇਨ ਕਰ ਲਓ ਚੱਲ ਜਾਏਗਾ ਠੀਕ ਹੈ ਅਗਰ ਵਿੱਚ ਬਫਰਿੰਗ ਹੋ ਰਹੀ ਹੈ ਇੱਕ ਵਾਰੀ ਐਗਜ਼ਿਟ ਕਰਕੇ ਐਂਟਰ ਕਰ ਲਓ ਓਕੇ ਜੀ ਅੱਗੇ ਇਸ ਤੋਂ ਬਾਅਦ ਇਹਨਾਂ ਦੀ ਇੱਕ ਰਚਨਾ ਇਹ ਵੀ ਬਹੁਤ ਹੀ ਫੇਮਸ ਰਚਨਾ ਹੈ ਸ਼ਹਿਰ ਮੇਰੇ ਦੀ ਪਾਗਲ ਔਰਤ ਠੀਕ ਹੈ ਐਨ ਨੇ ਯਾਜ਼ੀ ਰਾਦੂ ਦੇ ਫ੍ਰੈਂਚ ਨਾਟਕ ਲਾ ਫੋਲੇ ਨੂੰ ਅਨੁਵਾਦਿਤ ਕੀਤਾ ਸੀ ਠੀਕ ਹੈ ਨਾ ਅੰਦੇ ਵਿੱਚੋਂ ਤੁਸੀਂ ਵਰਡ ਪਕਰੋਗੇ পাগল ਔਰਤ ਓਕੇ ਜਿਹੜੇ পাগল ਇਨਸਾਨ ਹੁੰਦੇ ਆ ਉਹ ਕੀ ਕਰਦੇ ਆ ਕਚਰੇ ਨੂੰ ਸਾਰਾ ਦਿਨ ਫਰੋਲਦੇ ਰਹਿੰਦੇ ਆ ਹੈਨਾ ਕੰਦੇ ਵਿੱਚੋਂ ਕੁਝ ਲੱਭ ਜੇ ਕੁਝ ਲੱਭ ਜੇ ਕਚਰੇ ਨੂੰ ਓਕੇ ਤਾਂ ਲਾ ਫੋਲੇ ਫੋਲੇ ਇਹਨੂੰ ਕਿੰਦੇ ਵਿੱਚ ਅਨੁਵਾਦ ਕੀਤਾ ਗਿਆ ਸ਼ਹਿਰ ਮੇਰੇ ਦੀ পাগল ਔਰਤ ਦੇ ਵਿੱਚ ਠੀਕ ਹੈ ਜੀ ਇਹ ਵੀ ਯਾਦ ਰੱਖ ਲੈਣਾ ਅੱਗੇ ਚੱਲਦੇ ਆ ਇਹਨਾਂ ਨੇ ਕਵਿਤਾਵਾਂ ਨੂੰ ਵੀ ਅਨੁਵਾਦਿਤ ਕੀਤਾ ਕਿੰਨਾ ਕਿੰਨਾ ਦੀਆਂ ਬਹਿਰ ਐਂਡ 네ਰੂਦਾ ਦੀਆਂ ਓਕੇ ਜੀ ਰਾਈਟ ਅੱਗੇ ਚੱਲਦੇ ਆ ਹਲੋ ਆਦਿੱਤਿਅ ਜੀ ਤੁਸੀਂ ਲੇਟ ਆਏ ਹੋ ਓਕੇ ਇਹ ਵਾਲਾ ਆਪਾਂ ਕਰ ਚੁੱਕਿਆ ਹੈ ਨਾ ਹਾਂਜੀ ਬਿਲਕੁਲ ਇਹ ਸਲਾਈਡ ਹੋ ਚੁੱਕੀ ਹੈ ਆਈ ਥਿੰਕ ਨਾ ਕੁਝ ਕਨਫਿਊਜ਼ਨ ਹੋਈ ਹੈ ਹਾਂਜੀ ਅੱਗੇ ਹੁਣ ਅੱਗੇ ਸੀ ਇਹਨਾਂ ਦੇ ਕਾਵ ਸੰਗ੍ਰਹਿਾਂ ਦੇ ਉੱਪਰ ਠੀਕ ਹੈ ਉਹਨਾਂ ਦੇ ਵਿੱਚੋਂ ਦੇਖ ਲੈਣੇ ਆ ਕਿ ਕਿਹੜੀ ਰਚਨਾ ਦੇ ਵਿੱਚ ਇਹਨਾਂ ਨੇ ਕਿਹੜੀ ਚੀਜ਼ ਨੂੰ ਦਿਖਾਇਆ ਓਕੇ ਇਹ ਤਾਂ ਸੀ ਵੈਸੀ ਚੰਗੀ ਤਰ੍ਹਾਂ ਕਰ ਲਈ ਹੈ ਨਾ ਹਵਾ ਵਿੱਚ ਲਿਖੇ ਹਰਫ ਪਹਿਲੀ ਰਚਨਾ ਇਹ ਤਾਂ ਉਹ ਭੁੱਲੇਗੀ ਨਹੀਂ ਅੱਗੇ ਬਿਰਖ ਅਰਜ ਕਰੇ ਬਿਰਖ ਅਰਜ ਕਰੇ ਵਿੱਚ ਇਹਨਾਂ ਨੇ ਸਾਡੇ ਪੰਜਾਬ ਦੇ ਸੰਕਟ ਨੂੰ ਦਿਖਾਇਆ ਠੀਕ ਹੈ ਜਦੋਂ ਤੁਸੀਂ ਜਗਤਾਰ ਜੀ ਨੂੰ ਪੜੋਗੇ ਔਰ ਸੁਜੀਤ ਪਾਤਰ ਨੂੰ ਪੜੋਗੇ ਤੁਹਾਨੂੰ ਨਾ ਇਹਨਾਂ ਦੋਨਾਂ ਦੇ ਵਿੱਚ ਹੀ ਕਾਫੀ ਸਾਰੀਆਂ ਸਮਾਨਤਾਵਾਂ ਮਿਲ ਜਾਣਗੀਆਂ ਤੁਸੀਂ ਕਦੀ ਇਕੱਠੇ ਪੜ ਕੇ ਦੇਖਣਾ ਤੁਹਾਨੂੰ ਲੱਗੇਗਾ ਕਿ ਦੋਨੋਂ ਜਿੱਦਾਂ ਭਰਾ ਭਾਈ ਹੈ ਓਕੇ ਇੱਕੋ ਵਰਗਾ ਲਿਖਦੇ ਸੀ 올 ਰਾਈਟ ओके ਪੰਜਾਬ ਦੇ ਸੰਕਟ ਨੂੰ ਇਹਨਾਂ ਨੇ ਬਿਰਖ ਅਰਜ਼ ਕਰੇ ਦੇ ਵਿੱਚ ਸ਼ਾਮਿਲ ਕੀਤਾ ਓਕੇ ਔਰ ਇਹਦੇ ਵਿੱਚ ਬਿਰਖ ਹੈ ਕੋਲ ਇਹ ਵੀ ਬਹੁਤ ਇੰਪੋਰਟੈਂਟ ਹੈ ਇਹਦੇ ਵਿੱਚ surjit patar ਨੇ ਆਪਣੇ ਆਪ ਨੂੰ ਬਿਰਖ ਬੋਲਿਆ ਠੀਕ ਹੈ ਫਿਰ ਹੈ ਹਨੇਰੇ ਵਿੱਚ ਸੁਲਗ ਦੀ ਵਰਨਮਾਲਾ ਇਹ 1992 ਵਿੱਚ ਆਈ ਔਰ ਇਹਦੇ ਵਿੱਚ नक्सली ਲਹਿਰ ਨੂੰ ਦਿਖਾਇਆ ਗਿਆ ਓਕੇ ਇਹ ਵੀ ਯਾਦ ਰੱਖੋਗੇ ਰਾਈਟ नक्सली ਲਹਿਰ ਨੂੰ ਦਿਖਾਇਆ ਹੈ ਹਨੇਰੇ ਵਿੱਚ ਸੁਲਗ ਦੀ ਵਰਨਮਾਲਾ ਨੂੰ ओके नेक्स्ट ਹੈ ਲਫ਼ਜ਼ਾਂ ਦੀ ਦਰਗਾ ਇਸ ਦੇ ਵਿੱਚ ਕਿੰਨੀਆਂ ਕਵਿਤਾਵਾਂ ਹੈ ਟੋਟਲ 72 ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਔਰ 2003 ਦੇ ਵਿੱਚ ਇਹ ਆਈ ਸੀ नेक्स्ट ਹੈ ਪਤਜੜ ਦੀ ਪਾਜੇਬ ਸੁਰਜ਼ਮੀਨ 2008 ਦੇ ਵਿੱਚ ਆਈ ਹੈ ਜਿਨ੍ਹਾਂ ਦੇ ਨਾਲ ਮੈਂ ਤੁਹਾਨੂੰ ਡੇਟਸ ਦਿੱਤੀਆਂ ਨਾ ਇਹ ਵਾਲੀਆਂ ਬਹੁਤ ਇੰਪੋਰਟੈਂਟ ਹੈ ਸਾਰੀਆਂ ਹੀ ਯਾਦ ਰੱਖਣਾ ਠੀਕ ਹੈ ਨੈਕਸਟ ਹੈ ਚੰਨ ਸੂਰਜ ਦੀ ਵਹਿਗੀ ਓਕੇ ਇਹ ਇਹਨਾਂ ਦੇ ਕਾਵ ਸੰਗ੍ਰਹਿ ਹੋਗੇ ਹੁਣ ਇਹਨਾਂ ਦੇ ਕਾਵ ਸੰਗ੍ਰਹਿਾਂ ਦੇ ਵਿੱਚ ਅੱਗੇ ਜਾ ਕੇ ਕਿਹੜੀਆਂ-ਕਿਹੜੀਆਂ ਇੰਪੋਰਟੈਂਟ ਕਵਿਤਾਵਾਂ ਆਉਂਦੀਆਂ ਇਹ ਦੇਖਣਾ ਨੇ ਆ ਠੀਕ ਹੈ ਚੰਨ ਸੂਰਜ ਦੀ ਵਹੰਗੀ ਆਇਆ ਆਨੰਦ ਕਿਸ਼ੋਰ ਸ਼ਬਦ ਕੋਸ਼ ਦੇ ਬੂਹੇ ਤੇ ਸ਼ਬਦਾਂ ਦਾ ਜਾਦੂਗਰ ਸਾਈਂ ਜੀ ਸੁੰਨੇ-ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਏ ਹਨੇਰੇ ਵਿੱਚ ਸੌਰੀ ਹਨੇਰੇ ਵੀ ਜਗਾ ਸਕਦੀ ਏ ਦੀਵੇ ਹਿੱਕ ਵਿੱਚ ਖੰਜਰ ਡੋਬ ਕੇ ਸੋਂ ਗਏ ਅੱਜ ਕੱਲ ਇਉਂ ਨਹੀਂ ਕਰਦੇ ਲੋਕ ਇਹ ਬਹੁਤ ਇੰਪੋਰਟੈਂਟ ਹੈ ਠੀਕ ਹੈ ਜਿਹੜੇ ਜਿਹੜੇ ਮੈਂ ਤੁਹਾਨੂੰ ਥੋੜਾ ਜਿਹਾ ਰਾਉਂਡ ਕਰਕੇ ਦਵਾਂਗੀ ਇਹ ਜ਼ਿਆਦਾ ਅਚੀ ਤਰ੍ਹਾਂ ਯਾਦ ਰੱਖ ਲੈਣਾ ਠੀਕ ਹੈ ਹੁਣ ਘਰਾਂ ਨੂੰ ਪਰਤਣਾ ਮੁਸ਼ਕਿਲ ਬੜਾ ਹੈ ਏ ਕਵਿਤਾ ਮੈਂ ਮੁੜ ਆਇਆ ਹਾਂ ਕੱਚ ਦਾ ਗਲਾਸ ਗ਼ਜ਼ਲ ਇੱਕ ਕਹਿ ਦੇ ਉਛਲਣ ਦਾ ਨਾ ਏ ਡੁੱਬਦਾ ਸੂਰਜ ਹਾਂ ਤੇ ਮੇਰਾ ਸਮੁੰਦਰ ਬੜੀ ਦੂਰ ਇਹ ਵੀ ਇੰਪੋਰਟੈਂਟ ਹੈ ਓਕੇ ਜੇ ਆਈ ਪਤਝੜ ਤਾਂ ਫੇਰ ਕੀ ਹੈ ਭਟਕਦੇ ਸੀ ਸਦੀਆਂ ਤੋਂ ਬੇਚੈਨ ਜਿਹੜੇ ਮੋਤ ਦੇ ਅਰਥ ਅਗਲੀ ਤਾਂ ਹੱਦ ਤੋਂ ਜ਼ਿਆਦਾ ਇੰਪੋਰਟੈਂਟ ਲੱਗੀ ਨਜ਼ਰ ਪੰਜਾਬ ਨੂੰ ਲਫ਼ਜ਼ਾਂ ਦੀ ਦਰਗਾ ਪੰਛੀ ਤਾਂ ਉੱਡ ਗਏ ਨੇ ਰੁੱਖ ਨੂੰ ਜਦ ਅੱਗ ਲੱਗੀ ਇਹ ਜੋ ਚੰਨ ਦੀ ਚਾਨਣੀ ਹੈ ਤੂੰ ਮੇਰੇ ਦਰਖਤਾਂ ਦੇ ਵਸਦੀ ਘਟਾ ਹੈ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ ਇਹ ਮੈਂ ਦੱਸਿਆ ਵੀ ਸੀ ਪੀੜ ਬਾਚ ਦੇ ਵਿੱਚ ਯਾਦ ਹੈ ਤੁਹਾਨੂੰ ਅਮੀ ਤਾਂ ਬਚਨ ਬੋਲਦੇ ਆ ਹੈਨਾ ਕਿ ਹਮ ਲਾਈਨ ਕੇ ਮੇ ਨਹੀਂ ਖੜੇ ਹੋਤੇ ਬਟ ਜਹਾਂ ਪੇ ਹਮ ਖੜੇ ਹੋ ਜਾਤੇ ਹੈ ਵਹੀ ਸੇ ਲਾਈਨ ਸਟਾਰਟ ਹੋ ਜਾਤੀ ਹੈ ਹੈਨਾ ਕੁਛ ਐਦਾਂ ਦਾ ਹੀ ਉਹਨਾਂ ਦਾ ਕੁਛ ਡਾਇਲੋਗ ਹੈ ਬਹੁਤ ਫੇਮਸ ਤਾਂ ਉਹ ਸੁਰਜੀਤ ਪਾਤਰ ਦੇ ਨਾਲ ਸਮਝ ਲਓ ਰਲਾ ਲੈਣਾ ਇਹਨੂੰ ਠੀਕ ਹੈ ਜੀ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ ਓਕੇ ਇਹ ਹੋ ਗਿਆ ਇਹਨਾਂ ਦਾ ਸਭ ਤੋਂ ਲਾਸਟ ਰਾਈਟ ਇੱਥੇ ਸੁਰਜੀਤ ਪਾਤਰ ਅਸੀਂ ਕਰ ਲਿਆ ਖਤਮ ਹੈਨਾ ਔਰ ਹੁਣ ਇਸ ਤੋਂ ਬਾਅਦ ਤੁਸੀਂ ਸੈਸ਼ਨ ਨੂੰ ਲਾਈਕ ਕਰ ਦੇਣਾ ਆ ਆਈ ਡੋਨਟ ਨੋ ਕਿ ਕਿੰਨਿਆਂ ਨੇ ਲਾਈਕ ਕੀਤਾ ਆ 11 ਨੇ ਕੀਤਾ 17 ਦੇਖ ਰਹੇ ਆ ਬਾਕੀ 6 ਨੂੰ ਨਹੀਂ ਪਸੰਦ ਆਇਆ ਤਾਂ ਕੋਈ ਗੱਲ ਨਹੀਂ ਇਟਸ ਓਕੇ ਬਟ ਅਗਰ ਪਸੰਦ ਆਇਆ ਔਰ ਲਾਈਕ ਕਰਨਾ ਭੁੱਲ ਗਏ ਹੋ ਫਿਰ ਜ਼ਰੂਰ ਕਰ ਦੇਣਾ ਠੀਕ ਹੈ ਔਰ ਇਹਨੂੰ ਸ਼ੇਅਰ ਵੀ ਜ਼ਰੂਰ ਕਰਨਾ ਰਾਈਟ ਇਸ ਨੂੰ ਫਿਰ ਹੁਣ ਮੈਂ ਪ੍ਰਾਈਵੇਟ ਨਹੀਂ ਕਰੂੰਗੀ ਓਕੇ ਇਹਨੂੰ ਬਾਅਦ ਦੇ ਵੀ ਤੁਸੀਂ ਸ਼ੇਅਰ ਕਰ ਲੈਣਾ ਔਰ ਹੁਣ ਅੱਜ ਦੇ 10 ਕੁਐਸਚਨਸ ਕਰ ਲੈਣੇ ਆ ਠੀਕ ਹੈ ਜੀ ਆਨਸਰ ਕਰਨਾ ਪਹਿਲਾ ਕੁਐਸਚਨ ਸੁਰਜੀਤ ਪਾਤਰ ਨੂੰ ਸਾਹਿਤ ਅਕਾਦਮੀ ਅਵਾਰਡ ਕਿਸ ਕਿਰਤ ਦੇ ਲਈ ਦਿੱਤਾ ਗਿਆ ਹਾਂਜੀ ਔਰ ਕੁਐਸਚਨ ਕਿਤੇ ਵੀ ਨਾ ਜਾਣਾ ਓਕੇ ਸਾਹਿਤ ਅਕਾਦਮੀ ਅਵਾਰਡ ਇਹਨਾਂ ਨੂੰ ਕਿਸ ਕਿਰਤ ਦੇ ਲਈ ਮਿਲਿਆ ਇਸ ਦਾ ਆਨਸਰ ਕਰੋ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਇੰਦਰਜੀਤ ਥੈਂਕ ਯੂ ਸਰਤਾਜੀ ਓਕੇ ਹਾਂਜੀ ਦੱਸੋ ਸਾਹਿਤ ਅਕਾਦਮੀ ਅਵਾਰਡ ਹਨਾ ਨੂੰ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਲਫ਼ਜ਼ਾਂ ਦੀ ਦਰਗਾਹ ਇਹ ਮਿਕਸ ਆਨ ਲੱਗ ਗਿਆ ਆ ਆਨਸਰ ਲਫ਼ਜ਼ਾਂ ਦੀ ਦਰਗਾਹ ਹੈ ਜਾਂ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਮੈਂ ਸਾਹਿਤ ਅਕਾਦਮੀ ਪੁੱਛਿਆ ਤਾਂ ਫਿਰ ਲਫ਼ਜ਼ਾਂ ਦੀ ਦਰਗਾਹ ਕਿਵੇਂ ਹੋਏਗਾ ਅਸੀਂ ਦਰਗਾਹ ਨੂੰ ਸਰਸਵਤੀ ਮਾਤਾ ਦੇ ਨਾਲ ਰਿਲੇਟ ਕੀਤਾ ਸੀ ਯਾ ਸੋਨੋ ਹੈਨਾ ਤਫੀਰ ਦਰਗਾਹ ਵਾਲਾ ਤਾਂ ਸਰਸਵਤੀ ਸਨਮਾਨ ਹੈ ਠੀਕ ਹੈ ਹਾਂ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਦੂਸਰੀ ਚੀਜ਼ ਇਹਨਾਂ ਦਾ ਸਭ ਤੋਂ ਪਹਿਲਾ ਕਾਵ ਸੰਗ੍ਰਹਿ ਕਿਹੜਾ ਆ ਇਹਨਾਂ ਦਾ ਸਭ ਤੋਂ ਪਹਿਲਾ ਕਾਵ ਸੰਗ੍ਰਹਿ ਕਿਹੜਾ ਆ ਹਾਂਜੀ ਆਨਸਰ ਕਰੋ ਬਾਕੀ ਸੰਡੇ ਨੂੰ ਵੀ ਟੈਸਟ ਹੋਏਗਾ ਨਾ ਉਸ ਦੇ ਵਿੱਚ 100 ਤੋਂ ਜ਼ਿਆਦਾ ਕੁਐਸਚਨ ਹੋਣੇ ਆ ਇਸ ਵਾਰ ਚੰਗੀ ਤਰ੍ਹਾਂ ਟਾਈਮ ਨਿਕਾਲ ਕੇ ਆਨਾ ਓਕੇ ਸੰਡੇ ਨੂੰ 11 ਵਜੇ ਲਾਈਵ ਟੈਸਟ ਹੋਏਗਾ ਓਕੇ ਜਿੰਨੇ ਵੀ ਅਸੀਂ ਕਵੀ ਕਰ ਲਏ ਸਾਰਿਆਂ ਦਾ ਮਿਕਸ ਹੋ ਕੇ রাইਟ ਬਿਲਕੁਲ ਐਦਾ ਲੱਗੇਗਾ ਜਿਵੇਂ ਪੇਪਰ ਵਿੱਚ ਹੀ ਬੈਠੇ ਹੁੰਦੇ ਹੋ ਓਕੇ ਹਾਂਜੀ ਹਵਾ ਵਿੱਚ ਲਿਖੇ ਹਰਫ ਅਗਲਾ ਪ੍ਰਸ਼ਨ ਹੈ ਉਸ ਸੰਗ੍ਰਹਿ ਦਾ ਨਾਮ ਦੱਸਣਾ ਹੈ ਉਸ ਰਚਨਾ ਦਾ ਨਾਮ ਉਸ ਕਿਤਾਬ ਦਾ ਨਾਮ ਜਿਸ ਨੂੰ ਇਹਨਾਂ ਨੇ ਆਪਣੇ ਦੋ ਦੋਸਤਾਂ ਦੇ ਨਾਲ ਮਿਲ ਕੇ ਛਪਵਾਇਆ ਸੀਗਾ ਔਰ ਇਹ ਹਨੇਰੇ ਵਿੱਚ ਸੌਰੀ ਹਵਾ ਵਿੱਚ ਲਿਖੇ ਹਰਫ ਤੋਂ ਵੀ ਪਹਿਲਾਂ ਆਈ ਸੀ ਹਾਂਜੀ ਬਿਲਕੁਲ ਸਾਰੇ ਬਿਲਕੁਲ ਸਹੀ ਆਨਸਰ ਕਰ ਰਹੇ ਹੋ ਵੈਰੀ ਗੁੱਡ ਅਗਲੇ ਕੁਐਸਚਨ ਦਾ ਆਨਸਰ ਕਰੋ ਇਹਨਾਂ ਦੇ ਪਹਿਲੇ ਕਾਵ ਸੰਗ੍ਰਹਿ ਤੋਂ ਪਹਿਲਾਂ ਵੀ ਜਿਸ ਦੇ ਵਿੱਚ ਨੋਨ ਨਜ਼ਮਾਂ ਛਪੀਆਂ ਉਸ ਕਿਤਾਬ ਦਾ ਨਾਮ ਕੀ ਹੈ ਵੈਰੀ ਗੁੱਡ ਮਿਨਾਕਸ਼ੀ ਜੀ ਨਿਰਮੈਲ ਜੀ ਰਾਜਵੀਰ ਜੀ ਬਿਲਕੁਲ ਸਹੀ ਜਾ ਰਹੇ ਹੋ ਯੈਸ ਹਾਂਜੀ ਮੀਨੂ ਜੀ ਇਹ ਕਲਾਸ ਡੇਲੀ ਲੱਗਦੀ ਹੈ ਸ਼ਾਮ ਨੂੰ 6:30 ਵਜੇ ਓਕੇ ਵੈਰੀ ਗੁੱਡ ਜਸਪ੍ਰੀਤ ਜੀ ਕੁਲਵਿੰਦਰ ਜੀ ਹਰਜੀਤ ਜੀ ਬਿਲਕੁਲ ਸਹੀ ਹੈ ਇਹ ਹੋਏਗਾ ਕੋਲਾਜ ਓਕੇ ਅਗਲਾ ਪ੍ਰਸ਼ਨ ਦੱਸੋ ਕਿਹਨੇ ਕਿਹਾ ਸੀ ਕਿ ਮੇਰੇ ਜਾਣ ਤੋਂ ਬਾਅਦ ਪਾਤਰ ਪੰਜਾਬੀ ਕਾਵਿ ਦੀ ਜੋ ਮਸ਼ਾਲ ਹੈ ਉਸ ਨੂੰ ਜਗਾ ਕੇ ਰੱਖੇਗਾ ਇਹ ਕੋਟ ਕਿਹਨਾਂ ਦੀ ਹੈ ਹਾਂਜੀ ਇਹ ਕਿਹਨੇ ਬੋਲਿਆ ਸੀਗਾ ਇਹਨਾਂ ਦੇ ਬਾਰੇ ਦੇ ਵਿੱਚ ਪਾਤਰ ਦੇ ਬਾਰੇ ਦੇ ਵਿੱਚ ਜੀ ਇਸ ਦਾ ਆਨਸਰ ਕਰੋਗੇ ਤੁਸੀਂ ਫਿਰ ਮੈਂ ਅਗਲਾ ਕੁਐਸਚਨ ਪੁੱਛਦੀ ਆ ਜਿਹੜੇ ਸਟੂਡੈਂਟ ਪਹਿਲੀ ਵਾਰੀ ਸੈਸ਼ਨ ਦੇਖ ਰਿਹਾ ਉਹਨਾਂ ਨੂੰ ਦੱਸ ਦਿਆਂ ਡੇਲੀ 6:30 ਵਜੇ ਅਸੀਂ ਇਹ ਕਲਾਸ ਕਰਦੇ ਆ ਓਕੇ ਔਰ ਪਿਛਲੇ ਅਗਰ ਤੁਸੀਂ ਲੈਕਚਰ ਨਹੀਂ ਦੇਖੇ ਨਾ ਕਿਉਂਕਿ ਤੁਸੀਂ ਪਹਿਲੀ ਵਾਰੀ ਆਏ ਹੋ ਤਾਂ ਪਿਛਲੇ ਸਾਰੇ ਲੈਕਚਰ ਤੁਹਾਨੂੰ ਪਲੇਲਿਸਟ ਵਿੱਚ ਮਿਲ ਜਾਣਗੇ ਪਲੇਲਿਸਟ ਦਾ ਨਾਮ ਹੈ ਆਧੁਨਿਕ ਕਾਵ ਪੰਜਾਬੀ ਓਕੇ ਇਹਦੇ ਵਿੱਚ ਤੁਸੀਂ ਦੇਖ ਲੈਣਾ ਬਹੁਤ ਡਿਟੇਲ ਦੇ ਵਿੱਚ ਆ ਔਰ ਉਸ ਦੇ ਵਿੱਚ ਦੋ ਟੈਸਟ ਵੀ ਮਿਲੇ ਹੋਏ ਆ ਓਕੇ ਵੈਰੀ ਗੁੱਡ ਨਿਰਮਲ ਜੀ ਹਰਜੀਤ ਜੀ ਜਸਪੀਤ ਜੀ ਰਾਜੀਵ ਜੀ ਕੁਲਵਿੰਦਰ ਜੀ ਗ੍ਰੇਟ ਗੁਰਨੂਰ ਜੀ ਨਿਰਮਲ ਗੁਰਸ਼ਰਨ ਜੀ ਇੰਦਰ ਜੀ ਸਰੋਜ ਜੀ ਬਿਲਕੁਲ ਸਹੀ ਹੈ ਸਾਰਿਆਂ ਦਾ ਪ੍ਰੋਫੈਸਰ ਮੋਹਨ ਸਿੰਘ ਓਕੇ ਅਗਲਾ ਕੁਐਸਚਨ ਨੈਕਸਟ ਦੱਸੋ ਜੀ ਅ ਮੇਰੇ ਸਾਇਆ ਜੀਓ ਦੇ ਲਈ ਭਾਈ ਵੀਰ ਸਿੰਘ ਨੂੰ ਕਿਹੜਾ ਅਵਾਰਡ ਦਿੱਤਾ ਗਿਆ ਸੀ ਮੇਰੇ ਸਾਇਆ ਜੀਓ ਦੇ ਲਈ ਕਿੰਨਾ ਸੌਰੀ ਭਾਈ ਵੀਰ ਸਿੰਘ ਨੂੰ ਕਿਹੜਾ ਅਵਾਰਡ ਦਿੱਤਾ ਗਿਆ ਸੀ ਵੈਰੀ ਗੁੱਡ ਮੰਡੀ ਜੀ ਸ਼ਾਬਾਸ਼ ਸਹੀ ਜਾ ਰਹੇ ਹੋ ਬਿਲਕੁਲ 올 ਆਰ ਡੂਇੰਗ ਵੈਰੀ ਗੁੱਡ ਹਾਂਜੀ ਹੂੰ ਐਗਜੈਕਟਲੀ ਬਿਲਕੁਲ ਸਹੀ ਹੈ ਅਗਲਾ ਨੈਕਸਟ ਕੁਐਸਚਨ ਦੱਸੋ ਜੀ ਹਾਂਜੀ ਨੈਕਸਟ ਚਲੀਏ ਨਾ ਹਾਂ ਸਾਹਿਤਕ ਆਦਮੀ ਵਾਰਡ ਸਾਰਿਆਂ ਦਾ ਠੀਕ ਹੈ ਅਗਲਾ ਕੁਐਸਚਨ ਹੈ ਕਿ surjit patar ਨੂੰ ਆ ਕਿਹੜੀ ਪੰਜਾਬ ਦੀ ਸੰਸਥਾ ਨੇ ਸ਼੍ਰੋਮਣੀ ਕਵੀ ਦੇ ਤੌਰ ਦੇ ਉੱਪਰ ਸਨਮਾਨਿਤ ਕੀਤਾ ਸੀ ਵੈਰੀ ਗੁੱਡ ਰਾਜਪਾਲ ਜੀ ਨੇ ਐਕਸਟਰਾ ਵੀ ਪੁਆਇੰਟ ਦੱਸਿਆ ਕਿ 1955 ਦੇ ਵਿੱਚ ਇਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਵੈਰੀ ਗੁੱਡ ਬਿਲਕੁਲ ਸਹੀ ਹੈ ਹਾਂਜੀ ਕੁਲਵਿੰਦਰ ਜੀ ਸ਼ਾਬਾਸ਼ ਸਹੀ ਜਾ ਰਹੇ ਹੋ ਹਾਂਜੀ ਕਿਹੜੀ ਸੰਸਥਾ ਨੇ ਸ਼੍ਰੋਮਣੀ ਕਵੀ ਦੇ ਤੌਰ ਦੇ ਉੱਪਰ ਪ੍ਰੋਫੈਸਰੀ surjit patar ji ਨੂੰ ਅਵਾਰਡ ਦਿੱਤਾ ਸੀ ਸਨਮਾਨਿਤ ਕੀਤਾ ਸੀ ਹਾਂਜੀ ਕੀ ਆਨਸਰ ਹੋਏਗਾ ਹਾਂਜੀ ਪੰਜਾਬੀ ਭਾਸ਼ਾ ਵਿਭਾਗ ਅਗਲਾ ਕੁਐਸਚਨ ਕਿਹੜੇ ਸਾਹਿਤਕਾਰ ਹੈ ਜੋ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮੈਂਬਰ ਰਹੇ वर्ल्ड हेल्थ ऑर्गेनाइजेशन ਦੇ ਮੈਂਬਰ ਮੈਂ ਅਗਰ ਪੇਪਰ ਸੈੱਟ ਕਰਦੀ ਇਸ ਵਾਰ ਤੁਹਾਡਾ ਮਾਸਟਰ ਕੈਡਰ ਦਾ ਤਾਂ ਇਹ ਵਾਲਾ ਪ੍ਰਸ਼ਨ ਤਾਂ ਮੈਂ 200% ਪਾਣਾ ਸੀ ਅਗਰ ਸਾਰਿਆਂ ਨੇ ਪਿਛਲੇ ਲੈਕਚਰ ਦੇਖਿਆ ਤਾਂ ਪਤਾ ਹੋਏਗਾ WHO ਦੇ ਮੈਂਬਰ ਕਿਹੜੇ ਸਾਹਿਤਕਾਰ ਆ ਕਿਹੜੇ ਕਵੀ ਰਹੇ ਹੈ ਗ੍ਰੇਟ ਬਿਲਕੁਲ ਸਹੀ ਹੈ ਸਾਰਿਆਂ ਦਾ ਸਹੀ ਜਾ ਰਿਹਾ ਹੈ ਭਾਸ਼ਾ ਵਿਭਾਗ ਰਾਜਵੀਰ ਜੀ ਮੰਡੀ ਜੀ ਇੰਦਰ ਜੀ ਕੁਲਵਿੰਦਰ ਜੀ ਬਿਲਕੁਲ ਸਹੀ ਹਾਂਜੀ ਕੌਣ ਹੈ ਗਿਆ ਜੀ ਜਿਹੜੇ ਕਿ WHO ਦੇ ਮੈਂਬਰ ਰਹੇ ਨੇਕੀ ਹਾਂ ਜਸਵੰਤ ਸਿੰਘ ਨੇਕੀ ਵੈਰੀ ਗੁੱਡ ਐਦਾਂ ਦੇ ਕੁਐਸ਼ਨਸ ਚੰਗੀ ਤਰ੍ਹਾਂ ਰੱਟ ਕੇ ਜਾਈਓ ਠੀਕ ਹੈ ਓਕੇ ਕੱਲ ਮਿਲਾਂਗੇ ਫਿਰ ਅਸੀਂ 6:30 ਵਜੇ ਔਰ ਸੰਡੇ ਦੇ ਟੈਸਟ ਦੀ ਸਾਰੇ ਤਿਆਰੀ ਕਰ ਲਓ 11:00 ਵਜੇ ਓਕੇ 100 ਤੋਂ ਜ਼ਿਆਦਾ ਪ੍ਰਸ਼ਨ ਹੋਣਗੇ ਤੁਹਾਡਾ ਪੇਪਰ ਵੀ 150 ਪ੍ਰਸ਼ਨਾਂ ਦਾ ਹੋਣਾ ਹੈ ਹੈਨਾ ਉੱਥੇ ਤੁਸੀਂ ਇਹ ਨਹੀਂ ਕਹਿ ਸਕਦੇ ਥੋੜਾ ਜਿਹਾ ਛੋਟਾ ਕਰ ਦਿਓ ਓਕੇ ਤਾਂ ਇਸ ਲਈ 150 ਦੀ ਜਗ੍ਹਾ ਤੇ ਆਪਾਂ ਇੱਕ ਵਾਰੀ 100 ਪ੍ਰਸ਼ਨਾਂ ਤੋਂ ਸ਼ੁਰੂ ਕਰਾਂਗੇ ਜੋ ਕਿ ਤੁਹਾਡਾ ਤੀਸਰਾ ਟੈਸਟ ਹੋਏਗਾ ਠੀਕ ਹੈ ਸਾਰਿਆਂ ਨੇ ਹੀ 11 ਵਜੇ ਪੂਰੇ ਲੈ ਲੈਣਾ ਆ ਉਹਦੇ ਲਈ ਪਲੀਜ਼ ਪਿਛਲੇ ਵਾਲੇ ਸਾਰੇ ਲੈਕਚਰ ਜ਼ਰੂਰ ਦੇਖ ਲਓ ਤਾਂ ਹੀ ਤੁਸੀਂ ਟੈਸਟ ਦੀ ਤਿਆਰੀ ਕਰ ਲਓਗੇ ਓਕੇ ਪਿਛਲੇ ਲੈਕਚਰ ਅਗਰ ਕੋਈ ਮਿਸ ਹੋਇਆ ਹੈ सारे देख लो मैं अपडेट कर दिता प्लेलिस्ट यू मीनाक्षी जी ओके देन थैंक यू सो मच राजपाल जी यूज कॉम्प्लीमेंट फॉर मी ओके ठीक है फिर कल मिलेंगे राइट right? और पेड बैच वाले स्टूडेंट सैवन थर्टी ते कलास ਐਂਡ ਜਿਹੜੇ ਸਟੂਡੈਂਟਸ ਨੇ ਪੇਡ ਬੈਚ ਲੈਣਾ ਹੋਵੇ ਸਕਰੀਨ ਦੇ ਉੱਪਰ ਤੁਹਾਨੂੰ ਬਾਅਦ ਦੇ ਵਿੱਚ ਨੰਬਰ ਦਿਖਿਏਗਾ ਠੀਕ ਹੈ ਤਾਂ ਪਲੀਜ਼ ਤੁਸੀਂ ਉਸ ਨੰਬਰ ਦੇ ਉੱਪਰ ਕੰਟੈਕਟ ਕਰਕੇ ਔਰ ਪੇਡ ਬੈਚ ਨੂੰ ਜੁਆਇਨ ਕਰ ਸਕਦੇ ਹੋ ਠੀਕ ਹੈ ਅਦਰਵਾਇਜ਼ ਮੇਬੀ ਸ਼ਾਇਦ ਲਾਈਵ ਦੇ ਵਿੱਚ ਤੁਹਾਨੂੰ ਨਹੀਂ ਦਿਖ ਰਿਹਾ ਹੋਣਾ ਮੈਂ ਤੁਹਾਨੂੰ ਇੱਕ ਵਾਰ ਨੰਬਰ ਨੋਟ ਕਰਵਾ ਦਿੰਨੀ ਹਾਂ ਠੀਕ ਹੈ ਪਲੀਜ਼ ਇਹ ਨੰਬਰ ਨੋਟ ਕਰ ਲਓ ਅਗਰ ਕਿਸੇ ਨੂੰ ਪੇਡ ਬੈਚ ਚਾਹੀਦਾ ਹੋਵੇਗਾ ਤਾਂ ਉਹ ਸਟੂਡੈਂਟ ਇਸ ਨੰਬਰ ਦੇ ਉੱਪਰ ਮੈਨੂੰ ਕਾਲ ਕਰ ਸਕਦੇ ਨੇ ਠੀਕ ਹੈ ਹਾਂਜੀ ਨੰਬਰ ਇਜ਼ 6 टू एट जीरो फोर नाइन टू फाइव सिक्स टू मैं दोबारा बोल रही हाँ सिक्स टू एट जीरो फोर नाइन टू फाइव सिक्स टू ओके इस उपर ती कॉल करके कंफर्म कर सकते हो ऑल राइट हाँ जी बिल्कुल सरताज जी भाई वीर सिंह जी तो लैके हूँ तक के सारे लैक्चर के एक टेस्ट बनेगा ओके okay? ਨਿਰਮਲ ਜੀ ਇਸ ਦੇ ਲਈ ਪਲੀਜ਼ ਤੁਸੀਂ ਇੱਕ ਵਾਰੀ ਮੈਨੂੰ ਕਾਲ ਕਰ ਲੈਣਾ ਠੀਕ ਹੈ ਆਈ ਵਿਲ ਟੈਲ ਯੂ एवरीथिंग ਰਾਈਟ ਓਕੇ ਦੈਨ ਗੁੱਡ ਨਾਈਟ एवरीवन ਬਾਏ ਐਂਡ ਡੇਲੀ 15 ਮਿੰਟ ਹਰ ਇੱਕ ਸਾਇਦਕਾਰ ਨੂੰ ਦੇਣੇ ਆ ਟਾਈਮ ਹੋਨੇ ਤੋਂ ਹੀ ਸਟਾਰਟ ਹੈ ਓਕੇ ਥੈਂਕ ਯੂ ਬਾਏ ਬਾਏ